ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ। ਸੋ ਗੋ ਐਂਡ ਸਬਸਕ੍ਰਾਈਬ। ਓ ਮੈਂਡੀ, ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ, ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ। ਸਤਿ ਸ਼੍ਰੀ ਅਕਾਲ ਜੀ, ਰਵਨੀਤ ਵੱਲੋਂ ਲੈ ਅੱਛਾ ਲੈ ਕੇ ਹਾਜ਼ਰ ਹੋ ਚੁੱਕੇ ਤੁਹਾਡਾ ਸਾਰਿਆਂ ਦਾ ਫੇਵਰੇਟ ਸ਼ੋਅ ਜਿਹਦਾ ਨਾਮ ਹੈ ਜੀ ਕੰਟੀਨੀ ਮੰਡੀਰ 'ਚ। ਸਿਰਫ ਕੁੜੀਆਂ, ਯਾਨੀ ਕਿ ਅੱਜ ਹੈਗਾ ਜੀ ਕੁੜੀਆਂ ਦਾ ਕਾਲਜ, ਜਿਹੜਾ ਕਿ ਪੈਂਦਾ ਪਟਿਆਲੇ ਦੇ ਵਿੱਚ। ਸੋ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਗੱਲਬਾਤ, ਪਰਦਾ ਹੀ ਪਾਇਆ, ਪਰਦਾ ਨਹੀਂ ਵੈਸੇ ਸੋਫੇ ਵਾਲਾ ਕਵਰ ਜਿਹਾ ਲੱਗਦਾ। ਸਾਡੇ ਜਿਹੜੇ ਸੋਫੇ ਹੈ, ਜਦੋਂ ਬੰਦਾ ਬਹਿ ਜਾਂਦਾ ਉਹ ਇਕੱਠੇ ਹੀ ਨਹੀਂ ਹੋ ਜਾਂਦੇ, ਉਹ ਇਹ ਹੀ ਹੈ, ਉਹ ਵੀ ਇਹ ਹੀ ਹੈ। ਨਹੀਂ ਜੀ, ਇਹ ਟ੍ਰੈਂਡ ਆਗਾ। ਬੰਦਾ ਕਈ ਵਾਰ ਪਿੰਡ ਦਾ ਮੇਰੇ ਵਰਗਾ, ਉਹਨੂੰ ਸਤਿ ਸ਼੍ਰੀ ਅਕਾਲ ਪੈਂਦਾ ਵੀ ਸਤਿ ਸ਼੍ਰੀ ਅਕਾਲ ਜੀ, ਉਹ ਨੀ ਬੋਲਦਾ ਬੁੱਤ ਜਿਹਾ ਹੀ ਖੜਾ ਹੁੰਦਾ। ਵਾਲਾਂ ਨੂੰ ਰੰਗ ਕਿਹੜਾ ਕਰਿਆ ਜੀ? ਬਰਾਊਨ। ਕੀ ਕਿਹਾ ਸੀਗਾ ਜੀ ਪਾਰਲਰ ਵਾਲੇ ਨੂੰ? ਹੇਅਰ ਕਲਰ ਕਰਵਾਉਣਾ। ਹੇਅਰ ਕਲਰ ਕਰਵਾਉਣਾ? ਹਾਂਜੀ। ਉਹਨਾਂ ਨੇ ਕਿਹਾ ਨਹੀਂ ਵੀ ਕਿਹੜਾ ਕਲਰ ਕਰਵਾਉਣਾ ਚਾਹੁੰਦੇ ਹੋ, ਕਿਵੇਂ ਕੀ ਹਿਸਾਬ ਦਾ? ਨਹੀਂ ਜੀ, ਆਪਣਾ ਖੁਦ ਦਾ ਸਲੂਨ ਹੈਗਾ। ਤੁਹਾਡਾ ਖੁਦ ਦਾ ਸਲੂਨ ਹੈ ਜੀ? ਓਕੇ ਓਕੇ, ਫਿਰ ਤਾਂ ਉੱਥੇ ਕਾਲੇ ਜਾਣ ਤੋਂ ਪਹਿਲਾਂ ਉੱਥੇ। ਨਹੀਂ ਜੀ, ਇੰਨਾ ਵੀ ਨਹੀਂ। ਆਪਣਾ ਮੂੰਹ ਚੋਪੜਿਆ ਆ ਗਏ। ਤੇ ਸ਼ੌਂਕ ਜੀ ਹੋਰ? ਸ਼ੌਂਕ ਜੀ ਮੇਰਾ ਕੁਕਿੰਗ ਹੈਗਾ, ਇੱਕ ਡਾਂਸਿੰਗ ਹੈ। ਡਾਂਸਿੰਗ ਦਾ ਡਾਂਸ ਕਰੋਗੇ ਜੀ? ਨਹੀਂ ਜੀ, ਸੌਂਗ ਸੁਣਾ ਦਿਓ। ਵੈਸੇ ਆ ਸੋਫੀਆ ਦੇ ਕਵਰ 'ਚ ਨੱਚਦਾ ਸੋਹਣਾ ਲੱਗੂ ਖੜਾਉਣਾ ਯਾਰ, ਹੈ ਜੀ। ਚਲੋ ਸੌਂਗ ਸੁਣਾਓ ਜੀ। ਚੁੰਨੀ ਨੇ ਨੱਕ ਨੀ ਪੂੰਝਣਾ? ਰੁਮਾਲ ਦੇ ਦੋ ਇਹਨੂੰ, ਇਹ ਕੰਮ ਨੀ ਕਰਨਾ। ਹੋਰ ਸੁਣਾਓ। ਵਧੀਆ, ਤੁਸੀਂ ਸੁਣਾਓ? ਨਵੀਂ ਤਾਜੀ, ਕਿੱਥੇ ਰਹਿੰਦੇ ਹੋ? ਰਾਜਪੁਰਾ। ਰਾਜਪੁਰਾ ਰਹਿੰਦੇ ਹੋ? ਹਾਂਜੀ। ਡੇਲੀ ਅਪ ਡਾਊਨ ਫਿਰ? ਯੈਸ ਸਰ। ਅੱਛਾ, ਤੁਹਾਡੀ ਕੋਈ ਫਰੈਂਡ ਹੈਗੀ ਜਿਹੜੀ ਹੋਸਟਲ 'ਚ ਰਹਿੰਦੀ ਹੋਵੇ? ਯੈਸ ਸਰ। ਉਹ ਗੱਲਾਂ ਬਾਤਾਂ ਕਰਦੀ ਹੋਵੇ? ਨਹੀਂ ਕਮਲੀ, ਹੋਸਟਲ 'ਚ ਵਿੱਚ ਰਾਤ ਐ ਹਾਂਜੀ ਕਰਦੀ ਆ, ਸੁਣਾਉਂਦੀ ਹੁੰਦੀ ਆ ਗੱਲਾਂ। ਤੇ ਪਰਿਵਾਰ 'ਚ ਕੌਣ ਕੌਣ ਹੈ ਜੀ? ਮੰਮੀ, ਪਾਪਾ, ਦੋ ਬ੍ਰਦਰ, ਇੱਕ ਸਿਸਟਰ। ਓਕੇ ਜੀ, ਓਕੇ ਜੀ, ਓਕੇ। ਤੇ ਕੀ ਕਰਦੇ ਜੀ ਭੈਣ ਭਰਾ? ਇੱਕ ਪਲੱਸ 1 'ਚ ਹੈ, ਇੱਕ 9th 'ਚ, ਸਿਸਟਰ ਬੀਕੌਮ 'ਚ ਹੈ। ਕਰਦੇ ਨੇ ਪੂਰੇ ਬੀਕੌਮ, ਪਲੱਸ 2, ਪਲੱਸ 1, ਪਲੱਸ 1 9th। ਆ ਪੂਰੇ ਗੈਪ ਰਿਹਾ ਜੰਮੇ ਹੈ। ਬਹੁਤ ਵਧੀਆ, ਬਹੁਤ ਵਧੀਆ। ਬਲਕਿ ਬੀਕੌਮ ਵਾਲੀ ਦੀਆਂ ਕਿਤਾਬਾਂ ਅੱਗੋਂ ਪਲੱਸ 1 ਨੂੰ ਵੀ ਪੜ੍ਹ ਜਾਣੀਆਂ, ਪਲੱਸ 1 ਨੇ ਅੱਗੇ 9ਵੀਂ 'ਚ। ਬਹੁਤ ਵਧੀਆ, ਐਵੇਂ ਹੀ ਆ ਫਿਰ, ਡਿਫਰੈਂਟ ਪਰਿਵਾਰ ਆ ਜੀ, ਇੱਦਾਂ ਹੀ ਆ ਜੀ, ਇੱਦਾਂ ਹੀ ਆ ਜੀ। ਕਈ ਉਹ ਇਕੱਠੇ ਜੰਮ ਲੈਣਗੇ, ਦੋ ਦੱਸ ਨੋ ਹਨਾ। ਉਹ ਪਹਿਲੇ 5-7 ਸਾਲ ਦਾ ਪਤਾ ਹੀ ਨਾ, ਰਮਨ ਕਿਹੜਾ ਤੇ ਅਮਨ ਕਿਹੜਾ। ਹੈਲੋ। ਹੈਲੋ, ਮੈਂ ਤੁਹਾਡੀ ਬਹੁਤ ਵੱਡੀ ਫੈਨ ਹਾਂ। ਹੋਰ ਕੋਈ ਛੇੜ ਵੀ ਪਾਈ ਹੈ? ਹਾਂਜੀ। ਹੋਰ ਛੇੜ ਵੀ ਪਾਈ ਹੈ? ਨਹੀਂ। ਅਜੀ ਨੇਚਰ ਕਿਦਾਂ ਦੀ ਹੈ ਜੀ? ਬਹੁਤ ਵਧੀਆ। ਮੈਂ ਤਾਰੀਫਾਂ ਨਹੀਂ ਕਰਨੀਆਂ, ਉਹ ਦੱਸੋ ਜੇ ਨਾ ਉਹਨਾਂ ਨੇ ਸਾਨੂੰ ਸੱਦ ਲਿਆ ਨਾ ਕੰਟੀਨੀ ਮੰਡੀਰ ਵਾਲੇ ਨੇ, ਤੂੰ ਮੇਰੀ ਤਾਰੀਫ ਕਰੀ ਜਾਨੀ ਹੈ, ਮੈਂ ਤੇਰੀ। ਨਹੀਂ ਜੀ, ਇਹ ਜੀ ਕੋਈ ਡਿਸਾਈਡਮੈਂਟ ਨਹੀਂ ਹੋਈ। ਉਹ ਭੇੜਾ ਜੀ ਨਾ ਬੋਲਦਾ ਬਹੁਤ ਹੈ, ਉਹ ਗੱਲਾਂ ਚੋਂ ਗੱਲ ਕਢਾ ਲੈਂਦਾ, ਪਰ ਆਪਾਂ ਬੋਲਣਾ, ਆਪਾਂ ਤਾਂ ਤਾਰੀਫ ਕਰਨੀ ਹੈ। ਹਾਂ ਜੀ, ਦੋਨਾ ਹਾਂਜੀ ਦੋਨੇ ਨੇ ਜੀ। ਜੁੱਤੀ ਕਸੂਰੀ ਪੈਰੀ ਨਾ ਪੂਰੀ, ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ।
ਹੋਰ ਸੁਣਾਓ ਜੀ। ਵਧੀਆ ਜੀ, ਤੁਸੀਂ ਦੱਸੋ? ਨਵੀਂ ਤਾਂ ਜੀ। ਵੈਲਕਮ ਟੂ ਆਰ ਕਾਲਜ। ਅੱਛਾ ਜੀ। ਹਾਂਜੀ। ਬਸ ਮੁੱਕ ਗਈ ਅੰਗਰੇਜ਼ੀ? ਨਾ ਜੀ, ਹਲੇ ਤਾਂ ਸ਼ੁਰੂ ਹੋਈ ਹੈ। ਕਰੋ ਕਰੋ ਅੰਗਰੇਜ਼ੀ ਗੱਲ ਕਰੋ ਜੀ। ਇੰਨੀ ਜ਼ਿਆਦਾ ਵੀ ਨਹੀਂ ਆਉਂਦੀ, ਤੁਹਾਡੇ ਮੂਹਰੇ ਕੁਛ ਨਹੀਂ ਜੀ ਅਸੀਂ। ਨਹੀਂ 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 ਨਹੀਂ, ਮੈਂ ਤਾਂ ਇੰਨੀ ਵੀ ਨਹੀਂ ਆਉਂਦੀ ਵੀ ਵੈਲਕਮ ਟੂ ਅਵਰ ਕਾਲ, ਮੈਨੂੰ ਤਾਂ ਇਹ ਵੀ ਨਹੀਂ ਆਉਂਦੀ। ਅਸੀਂ ਇੰਨੇ ਜੋਗੇ ਤਾਂ ਹੈਗੇ। ਚਾਰ ਸ਼ਬਦ ਤੂੰ ਬੋਲ ਗਈ। ਤੁਹਾਡਾ ਕੀ ਨਾਮ? ਸ਼ੁਭ ਨਾਮ ਜੀ? ਪ੍ਰਭਜੋਤ ਕੌਰ। ਪ੍ਰਭਜੋਤ ਕੌਰ, ਹਾਂਜੀ। ਗੱਲ ਇਦਾਂ ਵੀ ਤੁਸੀਂ ਹੈਗੇ ਹੋ ਰਵਨੀਤ? ਹਾਂਜੀ। ਮੈਂ ਪ੍ਰਭਜੋਤ ਕੌਰ। ਠੀਕ ਹੈ ਜੀ। ਪਿੰਡ ਮੇਰਾ ਕਿਹੜਾ? ਕੜਾਮ ਜੀ। ਕੜਾਮ, ਹਾਂਜੀ। ਠੀਕ ਹੈ। ਰਵਨੀਤ ਆਇਆ ਬਾਹਰੋਂ ਪੜ ਪੜ ਕੇ? ਹਾਂਜੀ। ਠੀਕ ਹੈ। ਬਹੁਤ ਫੁਕਰਾ, ਸ਼ੂਕਾ ਪੂਰਾ। ਠੀਕ ਹੈ ਜੀ। ਹਨਾ, ਤੇ ਘਰਦਿਆਂ ਨੇ ਨਾ ਉਹੀ ਰਿਸ਼ਤਾ ਕਰਤਾ ਪ੍ਰਭਜੋਤ ਦਾ ਰਵਨੀਤ ਦੇ ਨਾਲ? ਹਨਾ, ਤੁਹਾਨੂੰ ਵਧੀਆ ਲੱਗਿਆ ਕਿਉਂਕਿ ਮੈਂ ਪਿੰਡ ਦੀ ਕੁੜੀ ਸੀ, ਮੈਨੂੰ ਪਿੰਡ ਵਾਲਾ ਮੁੰਡਾ ਚਾਹੀਦਾ ਸੀਗਾ। ਰਵਨੀਤ ਹੈਗਾ ਬੁਗਰਾ, ਬਾਹਰੋਂ ਕੈਨੇਡਾ ਕਨੇਡਾ ਚੰਡੀਗੜ੍ਹ ਪੜ ਪੜ ਕੇ ਆਇਆ। ਹਾਂਜੀ, ਹਨਾ। ਹਾਂਜੀ ਬਿਲਕੁਲ। ਤੁਸੀਂ ਬਹਿਸ ਬਸਾਈ ਕਰਨੀ ਹੈ ਵੀ ਤੂੰ ਨਹੀਂ ਪਸੰਦ ਹੈਗਾ, ਹਨਾ? ਠੀਕ ਹੈ। ਸਹੀ ਗੱਲ ਜੀ, ਬੋਲੋ ਕੁਛ। ਬੋਲੋ ਜੀ। ਸ਼ਹਿਰ ਤੋਂ ਆਏ ਹਾਂ ਅਸੀਂ ਬਾਹਰੋਂ ਪੜ੍ਹ ਕੇ, ਮੰਮੀ ਨੇ ਰਿਸ਼ਤਾ ਕਰਤਾ। ਮੈਂ ਵੀ ਨੇੜੇ ਤੇੜੇ ਨੀ ਆਇਆ, ਦੂਰ ਆਇਆ। ਤੂੰ ਕੀ ਜਾਣਦੀ ਜੱਟਾਂ ਦੇ ਐਟੀਟਿਊਡ ਨੂੰ? ਬੱਲੇ ਤੂੰ ਜਾਣਦੀ ਨੀ ਪ੍ਰਭਜੋਤ ਕੌਰ ਪਿੰਡ ਕੜਾਮ ਜ਼ਿਲ੍ਹਾ ਪਟਿਆਲਾ? ਹਾਂ ਜਾਣਦੀ ਆ, ਜਾਣਦੀ ਆ। ਤੂੰ ਕੀ ਕਰਨਾ ਇੱਥੇ? ਬਸ ਐਂ ਦਿਲ ਕਰ ਪਿਆ ਸੀ, ਆ ਗਿਆ ਮੈਂ ਦੇਖਾ ਤੈਨੂੰ। ਰਵਨੀਤ ਨੇ ਕਦੋਂ ਆਉਣਾ ਤੁਹਾਡੇ ਕਾਲਜ? ਚਲੋ ਥੈਂਕ ਯੂ, ਥੈਂਕ ਯੂ ਤੁਹਾਡੇ ਕਰਕੇ ਸਾਰਾ ਕਰਕੇ। ਕਿੱਥੇ ਰਹਿੰਦੇ ਹੋ ਜੀ? ਪਟਿਆਲੇ ਦੇ ਕੋਲ, ਪਿੰਡ ਅਲੀਪੁਰਾ ਰਾਈਆਂ। ਓਕੇ ਜੀ, ਓਕੇ ਜੀ, ਓਕੇ। ਵਧੀਆ ਲੱਗਦਾ ਸ਼ੋਅ ਜੀ। ਹਾਂਜੀ ਹਾਂਜੀ, ਬਹੁਤ ਵਧੀਆ, ਰਿਪੀਟ ਵੀ ਦੇਖਦੀ ਆ। ਓਕੇ, ਥੈਂਕ ਯੂ। ਸੰਡੇ ਨੂੰ 8 ਵਜੇ ਰਾਤ ਨੂੰ। ਓ ਬਸ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਹੋਰ ਸੁਣਾਓ ਨਮਿਤਾ ਜੀ। ਭੰਗੜਾ ਕਰਨਾ ਜੀ ਤੁਹਾਡੇ ਨਾਲ। ਭੰਗੜਾ ਕਰੋ ਜੀ, ਭੰਗੜਾ ਕਰੋ, ਵਜਾਓ ਜੀ, ਵਜਾਓ ਢੋਲ। ਕੋਈ ਰਿੜਦਾ 6 ਮਹੀਨੇ ਦਾ, ਕੋਈ ਸਾਲ ਤੱਕ, ਕੋਈ ਡੇਢ ਸਾਲ ਤੱਕ? ਹੁਣ ਤੱਕ ਰਿੜੀ ਹੋ ਜਾਂਦੇ ਹੋ? ਨਹੀਂ ਪਤਾ, ਪਰਸੋਂ ਬੱਸ ਤੋਂ ਗਿਰ ਗਈ ਸੀ, ਮੰਮਾ ਕਹਿੰਦੇ ਹੋਰ ਨਹੀਂ ਹੈਗੇ ਪੈਸੇ, ਫਿਰ ਕਹਿੰਦੇ ਆਈ ਪਾ ਕੇ ਜਾ। ਪਰਸੋਂ ਬੱਸ 'ਚ ਡਿੱਗੀ ਸੀ, ਕਿਵੇਂ ਹੋਇਆ ਹਾਦਸਾ ਹੈ ਵੀ? ਕਿਵੇਂ ਬੱਸ ਆ ਰਹੀ ਸੀ, ਕਿਵੇਂ ਕਿੱਥੇ ਡਿੱਗੇ, ਕਿਹੜੇ ਮੋੜ 'ਤੇ ਡਿੱਗੇ, ਕਿਹਦੀ ਗਲਤੀ ਸੀ, ਕੰਡਕਟਰ ਦੀ ਗਲਤੀ ਸੀ, ਡਰਾਈਵਰ ਦੀ ਗਲਤੀ ਸੀ, ਕੀ ਹੋਇਆ? ਮੁੰਡੇ ਦੀ ਸੀ। ਕਿਹੜੇ ਦੀ? ਉੱਥੇ ਖੜਾ ਸੀ ਇੱਕ, ਦੇਖੀ ਜਾਂਦਾ ਸੀ ਡਿੱਗੀ। ਨਹੀਂ ਨਹੀਂ, ਮੁੰਡਾ ਦਾ ਜੱਡ ਕੀ ਚੱਕਣੀ ਹੈ, ਪਹਿਲਾਂ ਡਿੱਗ ਗਈ ਯਾਰ। ਹੋਸਟਲ ਦੀਆਂ ਕਿਹੜੀ ਕਿਹੜੀ ਸ਼ਰਾਰਤਾਂ ਕਰਦੇ ਹੁੰਦੇ? ਕਿੱਦਾਂ ਕਿਹੜੀ ਸ਼ਰਾਰਤਾਂ ਹੁੰਦੀਆਂ? ਡਰਾਉਂਦੇ ਹੁੰਦੇ ਦੂਜਿਆਂ ਨੂੰ? ਮੇਰੀ ਤਾਂ ਕੰਬਲ ਕੋਟੀ ਕਰਦੇ ਹੁੰਦੇ ਆ। ਤੁਹਾਡੇ ਵੀ ਜਲਦੀ ਕੰਬਲ ਕੋਟੀ ਮੁੰਡੇ ਕਰਦੇ, ਤੁਹਾਡੀ ਵੀ ਕੰਬਲ ਕੋਟੀ ਹੁੰਦੀ ਹੈ? ਮੇਰੇ ਤਾਂ ਹੀ 3.5 ਨੰਬਰ ਰੂਮ ਦੇ ਵਿੱਚ ਕਾਫੀ ਕੁੜੀਆਂ, ਉਹਨਾਂ ਨੇ ਆਉਣ ਸਾਰ, ਇੱਕ ਰਾਜਵੀਰ ਬੈਠਿਆ, ਉਹਨੇ ਆਉਣ ਸਾਰ ਪੱਕਾ ਮੇਰੀ ਕੰਬਲ ਕੋਟ ਕਹਿੰਦੀ ਆ। ਪਹਿਲਾਂ ਇਕੱਲੀ ਹੋ ਲੱਗੀ। ਅੱਛਾ, ਕੰਬਲ ਬੜਾ ਤੌੜ ਜੀ ਦੂਜਿਆਂ ਵੀ ਨਾ ਰਹੀ ਹੈ ਨੇ ਸਵੇਰੇ ਮੈਨੂੰ। ਇੱਕ ਮੇਰੀ ਰੂਮਮੇਟ ਆ, ਸਵੇਰ ਹੀ ਲੱਗ ਜਾਂਦੇ ਉੱਠ ਗੜ ਉੱਠ ਗੜ। ਅੱਛਾ, ਸ਼ੌਂਕ ਜੀ ਗੀਤ ਗੂਤ ਦਾ? ਮੈਨੂੰ ਸਿੰਗਿੰਗ ਦਾ ਸ਼ੌਂਕ ਹੈ ਜੀ, ਤੇ ਗਾਣ ਸੁਣਾਓ ਜੀ, ਗੀਤ ਸੁਣਾਓ। ਇੱਕ ਕਹਿੰਦੀ ਪੱਲੇ ਨੀ ਸ਼ਰਾਬੀ ਬਹਿ ਗਿਆ, ਸੁੱਤੀ ਪਈ ਤੋਂ ਵਾਲੇ ਮੇਰੇ ਲਾ ਕੇ ਲੈ ਗਿਆ। ਇੱਕ ਕਹਿੰਦੀ ਪੱਲੇ ਨੀ ਸ਼ਰਾਬੀ ਬਹਿ ਗਿਆ, ਸੁੱਤੀ ਪਈ ਤੋਂ ਵਾਲੇ ਮੇਰੇ ਲਾ ਕੇ ਲੈ ਗਿਆ। ਵੇਚ ਕੇ ਹੱਟੀ ਤੇ ਬੋਤਲਾਂ ਨੂੰ ਖੋਲਦਾ, ਹੋ ਕੇ ਸ਼ਰਾਬੀ ਅਵਾ ਤਵਾ ਬੋਲਦਾ, ਹੋ ਕੇ ਸ਼ਰਾਬੀ ਅਵਾ ਤਵਾ ਬੋਲਦਾ। ਪੁੱਠੇ ਕੰਮ ਉਹਨੂੰ ਭਾਬੀਆਂ ਸਿਖਾਉਂਦੀਆਂ, ਇੱਕ ਦੂਜੇ ਕੋਲ ਦੁੱਖੜੇ ਸੁਣਾਉਂਦੀਆਂ, ਇੱਕ ਦੂਜੇ ਕੋਲ ਦੁੱਖੜੇ ਸੁਣਾਉਂਦੀਆਂ। ਇੱਕ ਦਾ
ਤਾਂ ਬੀੜੀ ਤੋਂ ਬਿਨਾ ਨੀ ਸਾਰਦਾ, ਕੋਲ ਜਦੋਂ ਬੈਠਦਾ ਮੁਸ਼ਕ ਮਾਰਦਾ, ਡੂੰਘੇ ਨਾਲ ਸਵਾਰ ਕੀਤਾ ਪੱਟੀ ਵੇਸ਼ਣੀ, ਬੀੜੀ ਲਾਉਂਦੇ ਫੂਕ ਤਾਰ ਜਾਈ ਖੇਸਣੀ, ਇਲ ਤਾਂ ਪਤਾ ਨੀ ਉਹਨੂੰ ਕਿੱਥੋਂ ਆਉਂਦੀਆਂ, ਇੱਕ ਦੂਜੀ ਕੋਲ ਦੁੱਖੜੇ ਸੁਣਾਉਂਦੀਆਂ, ਇੱਕ ਦੂਜੀ ਕੋਲ ਦੁੱਖੜੇ ਸੁਣਾਉਂਦੀਆਂ, ਇੱਕ ਦੂਜੀ ਕੋਲ ਦੁੱਖੜੇ ਸੁਣਾਉਂਦੀਆਂ। ਥੈਂਕ ਯੂ। ਤੁਹਾਡਾ ਕੀ ਨਾਮ ਹੈ ਜੀ? ਪ੍ਰਭਜੋਤ। ਪ੍ਰਭਜੋਤ, ਸੁੱਖ ਕੌਣ ਹੈ ਜੀ? ਮੈਂ ਹੀ ਹਾਂ ਜੀ, ਮੈਨੂੰ ਪਿਆਰ ਨਾਲ ਸੁੱਖ ਕਹਿੰਦੇ ਆ। ਦੇਖਿਆ, ਸਭ ਪਤਾ ਬਾਬਾ ਨੂੰ, ਅੰਤਰਜਾਮੀ ਹੁੰਦੇ ਬਾਬੇ। ਦੱਸੋ ਕਿਵੇਂ ਪਤਾ ਲੱਗਿਆ? ਮੇਰੇ ਹੱਥ ਤੇ ਲਿਖਿਆ ਹੋਇਆ। ਅਕਲ ਦੀ ਇੰਨੀ ਏ, ਹੱਥ ਤੇ ਲਿਖਿਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੁੱਖ ਕੌਣ ਹੈ ਜੀ? ਸੁੱਖੇ ਦਾ ਨਾਮ ਹੀ ਹੈ ਜੀ। ਅੱਛਾ, ਸ਼ਰਾਰਤਾਂ ਕਰਦੀ ਹੈ ਬਹੁਤ? ਹਾਂਜੀ, ਬਹੁਤ ਜ਼ਿਆਦਾ। ਇਹਦੀ ਸ਼ਰਾਰਤ ਦੱਸੋ ਜੀ, ਕਿਉਂਕਿ ਜਿਹੜੀ ਤੁਹਾਨੂੰ ਬਹੁਤ ਇਰੀਟੇਟ ਕਰਦੀ ਹੋਵੇ, ਉਹ ਵਾਲੀ ਆਦਤ ਜਾਂ ਕੋਈ ਸ਼ਰਾਰਤ? ਸਰ, ਇਹ ਮੀਨਸ ਕਿ ਗੁੱਸੇ ਦੇ ਵਿੱਚ ਆ ਕੇ ਨਾ ਕੁੱਟ ਦਿੰਦੀ ਹੈ ਬੰਦੇ ਨੂੰ, ਬਹੁਤ ਜ਼ਿਆਦਾ ਕੁੱਟ। ਥੱਪੜ ਮਾਰਦੀ ਹੈ? ਹਾਂਜੀ। ਕੁੜੀਆਂ ਨੂੰ ਵੀ? ਹਾਂਜੀ, ਮੇਰੇ ਨਾਲ ਜਦੋਂ ਗੁੱਸੇ ਹੁੰਦੀ ਹੈ ਮੇਰੇ ਮੁੱਕੇ ਹਾਲ। ਅੱਛਾ, ਫੋਨ ਚੱਲਦੇ ਆ ਜੀ। ਹਾਂਜੀ। ਵਿਚਾਰਾ ਕੀ ਤੁਹਾਨੂੰ ਮਾਰਦਾ ਹੋ ਜੀ? ਕੁੱਟ 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 ਆਇਆ ਕਮਾਲ। ਚਲੋ ਮੁੱਕੇ ਮਾਰਨੇ, ਤੁਸੀਂ ਨੀ ਮਾਰਨੇ ਨਾ? ਮੈਂ ਚੌਂਕ 'ਚ ਲੱਗਾ ਬਹੁਤਾ ਵੀ ਜਿਹੜਾ। ਚੱਲ ਠੀਕ ਹੈ, ਨਹੀਂ ਮਾਰਦਾ ਤੂੰ, ਮਾੜਾ ਮੇਰਾ ਸਾਥ ਦੇਂਗੀ ਕਿ ਉਹਦਾ? ਮੈਂ ਆਪਣੇ ਫਰੈਂਡ ਹੀ ਦਊਂਗੀ। ਥੋੜਾ ਸੰਭਲ ਕੇ, ਮੈਂ ਤਾਂ ਮੁੱਕੇ ਮਾਰਦੀ ਤੇ ਲੱਤਾਂ ਹੀ ਬਹੁਤ ਚੱਲਦੀਆਂ। ਤੁਹਾਡੀ ਭਲੀ ਤੋਂ ਦੇਖੋ, ਕੁੜੀਆਂ ਵੀ ਨਾ ਮਤਲਬ ਕਿ ਘੱਟ ਨੀ ਹੈਗੀਆਂ ਮੁੰਡੇ ਨਾਲੋਂ। ਹਾਂ, ਸ਼ਾਬਾਸ਼। ਐਵੇਂ ਕਿਵੇਂ ਘੱਟ ਹੋ ਜਾਣਗੇ? ਮੰਮੀਆਂ ਨੇ ਪੁੱਤਾਂ ਵਾਂਗੂ ਪਾਲਿਆ। ਪਾਲੋ, ਪਰ ਮੁੱਕੇ ਥੋੜੀ ਮਾਰਦੇ ਹੁਣ। ਲੈ, ਜਦੋਂ ਮੁੰਡੇ ਮਾਰਦੇ ਆ ਕੁੜੀਆਂ ਨੀ ਮਾਰ ਸਕਦੀਆਂ। ਅੱਜ ਨਾ ਸਾਡੇ ਕਾਲਜ ਰਵਨੀਤ ਆਇਆ, ਅਸੀਂ ਉਹਨਾਂ ਨੂੰ ਚਾਕਲੇਟ ਦਿੱਤੀ, ਅੱਜ ਉਹਨਾਂ ਨੂੰ ਗਿਫਟ ਦਿੱਤਾ, ਸਾਡੇ ਆਇਆ, ਮੈਂ ਮੁੱਕੇ ਮਾਰੇ, ਇੱਧਰ ਵਾਰ ਵਾਰ ਕੱਢਿਆ। ਚਲੋ ਤੀਜਾ ਮੁੱਕਾ। ਚਲੋ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਤੁਹਾਡੇ ਆਪਣੇ ਫੇਵਰੇਟ ਸ਼ੋਅ ਜਿਹਦਾ ਨਾਮ ਹੈ ਜੀ ਕੰਟੀਨੀ ਮੰਡੀਰ। ਕੁੜੀਆਂ ਦੇ ਕਾਲਜ ਦੇ ਵਿੱਚ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਤੁਸੀਂ ਆਓ ਜੀ। ਕੀ ਨਾਮ ਹੈ ਤੁਹਾਡਾ? ਸਰ, ਸੰਦੀਪ। ਸੰਦੀਪ, ਹਾਂਜੀ। ਤੇ ਕਿੱਥੋਂ ਬਿਲੋਂਗ ਕਰਦੇ ਹੋ ਜੀ? ਸਰ, ਗੋਬਿੰਦਗੜ੍ਹ। ਉੜਤੀ 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 ਖਬਰ ਮਿਲੀ ਕਿ ਆਪ ਆਜ ਜੰਮੇ ਥੇ। ਬਹੁਤ ਵਧੀਆ ਜੀ, ਸਭ ਤੋਂ ਪਹਿਲਾਂ ਹੈਪੀ ਬਰਥਡੇ ਜੀ ਮੇਰੇ ਵੱਲੋਂ ਤੇ ਆ ਮੇਰੇ ਵੱਲੋਂ ਪਿਆਰਾ ਜਿਹਾ ਤੋਹਫਾ। ਥੈਂਕ ਯੂ। ਅੱਜ ਮੇਰੇ ਲਈ ਸਭ ਤੋਂ ਸਪੈਸ਼ਲ ਪਾਰਟੀ ਹੈ ਮੇਰੇ ਲਈ। ਥੈਂਕ ਯੂ ਸਭ ਦੇ ਲਈ, ਕੰਟੀਨੀ ਮੰਡੀਰ ਲਈ। ਬਹੁਤ ਬਹੁਤ ਧੰਨਵਾਦ, ਤੁਸੀਂ ਲੰਬੀ ਉਮਰਾਂ ਤੁਹਾਡੀ ਹੋਣ ਜੀ। ਥੈਂਕ ਯੂ। ਤੁਸੀਂ ਜੋ ਵੀ ਏਮ ਲੈ ਕੇ ਚੱਲੇ ਹੋ ਜ਼ਿੰਦਗੀ ਦੇ ਵਿੱਚ, ਉਹ ਤੁਸੀਂ ਏਮ ਹਾਸਲ ਕਰੋ, ਮੁਕਾਮ ਤੇ ਪਹੁੰਚੋ। ਕਿੰਨੀ ਉਮਰ ਹੋਈ ਜੀ? ਗੁਣੇ ਦੱਸ ਦੇ ਨੇ ਵੈਸੇ। 20 ਸਾਲ ਦੀ ਹੋ ਗਈ। 20 ਸਾਲ ਦੀ ਹੋ ਗਈ, ਬਹੁਤ ਵਧੀਆ ਜੀ, ਬਹੁਤ ਵਧੀਆ ਜੀ। ਤੇ ਸੁਣਾਓ ਜੀ ਫਿਰ ਗੀਤ। ਓ ਬਾਵਾ ਮਿੱਟੀ ਦਾ ਬਣਾਉਣੀਆ, ਓ ਬਾਵਾ ਮਿੱਟੀ ਦਾ ਬਣਾਉਣੀਆ, ਪਿਆ ਨੂੰ ਤੇਰੀ ਪੱਗ ਬੰਨ ਕੇ ਹਾਲ ਦਿਲ ਦਾ ਸੁਣਾਉਣੀਆ, ਪਿਆ ਨੂੰ ਤੇਰੀ ਪੱਗ ਬੰਨ ਕੇ ਹਾਲ ਦਿਲ ਦਾ ਸੁਣਾਉਣੀਆ। ਓ ਬਾਵਾ ਮਿੱਟੀ ਦਾ ਇਹ ਬੋਲਦਾ ਹੀ ਨਹੀਂ, ਬਾਵਾ ਮਿੱਟੀ ਦਾ ਇਹ ਬੋਲਦਾ ਹੀ ਨਹੀਂ, ਓ ਮੇਰੀ ਗੱਲ ਸੁਣਦਾ ਹੀ ਨਹੀਂ, ਬਾਵਾ ਮਿੱਟੀ ਦਾ ਇਹ ਬੋਲਦਾ ਹੀ ਨਹੀਂ। ਥੋੜੀਆਂ ਨੇ ਤੇਰੀਆਂ ਚੰਜੋੜੀਆਂ ਨੇ, ਮੈਂ ਤੇ ਮੇਰਾ ਬਾਬਾ ਦੋਵੇਂ ਖਾ ਲੇ, ਤੇਰੀਆਂ ਵੀ ਥੋੜੀਆਂ ਨੇ ਤੇਰੀਆਂ ਚੰਜੇੜੀਆਂ ਨੇ, ਮੈਂ ਤੇ ਮੇਰਾ ਬਾਬਾ ਦੋਵੇਂ ਖਾ ਲੇ। ਮੁੱਖ ਮੇ ਤੋਂ ਮੋੜੀ ਆਈ, ਦਿਲ ਮੇਰਾ ਤੋੜੀ ਆਈ, ਜਾ ਕੇ ਪਰਦੇਸੀ ਡੇਰੇ ਲਾ ਲੇ, ਬਾਬਾ ਮਿੱਟੀ ਦਾ ਇਹ ਬੋਲਦਾ ਹੀ ਨਹੀਂ। ਕਿਆ ਬਣਾ ਰੱਖਿਆ ਜੁੜਦਾ ਹੈ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਸੀਂ ਕਿੱਥੋਂ? ਸੰਗਰੂਰ ਤੋਂ ਜੀ? ਪਾਤਰਾਂ ਤੋਂ। ਚਲੋ ਠੀਕ ਹੈ ਜੀ, ਥੋੜਾ ਜਿਹਾ ਐਨੂੰ ਆਏ। ਹੋਰ ਸੁਣਾਓ ਜੀ ਨਵੀਤਾ ਜੀ। ਵਧੀਆ ਨਵੀਤਾ ਜੀ, ਤੁਸੀਂ ਸੁਣਾਓ, ਤੁਸੀਂ ਆਏ ਹੋ ਸਾਡੇ ਕੋਲ ਅੱਜ। ਤੁਹਾਡਾ ਸ਼ੁਭ ਨਾਮ ਜੀ? ਰਾਜਵੀਰ ਕੌਰ। ਰਾਜਵੀਰ ਕੌਰ, ਹਾਂਜੀ। ਅੱਛਾ, ਸਪੋਜ਼ ਕਰੋ ਜੀ ਐਂ ਹੋਇਆ ਵੀ ਤੁਹਾਡਾ ਘਰਦਿਆਂ ਨੇ ਮੇਰੇ ਘਰਦਿਆਂ ਨੇ ਕਰਦੇ ਰਿਸ਼ਤਾ ਆਪਣਾ ਦੋਨਾਂ ਦਾ। ਸਪੋਜ਼ ਹੈ ਜੀ, ਸਪੋਜ਼ ਹੈ, ਠੀਕ ਹੈ ਜੀ, ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਦੇਖ ਲਿਆ ਵੀ ਮੈਂ ਲੋਇਲ ਨਹੀਂ ਹੈਗਾ। ਅੱਛਾ, ਗੱਲ ਉਹੀ ਇਮਾਨਦਾਰੀ ਚੱਲੀ, ਮੈਂ ਕਿਸੇ ਨੂੰ ਡਬਲ ਡੇਟ ਕਰ ਰਿਹਾ ਸੀਗਾ, ਹੈ ਨਾ, ਤੁਸੀਂ ਮੈਨੂੰ ਦੇਖ ਲਿਆ, ਤੁਸੀਂ ਮੈਨੂੰ ਫੜ ਲਿਆ, ਤੁਸੀਂ ਫੋਨ 'ਤੇ ਹੁਣ ਮੈਨੂੰ ਗੱਲ ਕਰਨੀ ਜੀ, ਤੁਸੀਂ ਦੇਖਿਆ ਹੋ ਜਿਵੇਂ ਮਰਜ਼ੀ, ਹੈ ਨਾ। ਟ੍ਰਿੰਗ ਟ੍ਰਿੰਗ। ਅੱਛਾ, ਸਮੱਸਿਆ ਸਮੱਸਿਆ
ਹੈਲੋ ਹਾਂਜੀ ਹਾਂਜੀ ਕਿੱਥੇ ਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੱਥੇ ਫਿਰ ਰਹੇ ਹੋ ਤੁਸੀਂ ਹਾਂਜੀ ਕਿੱਥੇ ਫਿਰ ਰਹੇ ਹੋ ਮੈਂ ਇੱਥੇ ਸੀਗਾ ਜੀ ਸ਼ਹਿਰ ਹੀ ਅੱਛਾ ਕੋਈ ਸੁਣਨ 'ਚ ਆਇਆ ਮੈਨੂੰ ਸੁਣਨ 'ਚ ਆਇਆ ਕੰਨ ਲੱਗੇ ਸੁਣਦੇ ਹੋ ਸੁਣਨ 'ਚ ਆਇਆ ਚੀਟ ਕਰ ਰਹੇ ਹੋ ਤੁਸੀਂ ਚੀਟ ਹਾਂ ਉਹ ਮੈਂ ਜਿੱਤਦਾ ਪਿਆ ਸੀਗਾ ਉਹ ਮੇਰਾ ਬ੍ਰਦਰ ਕਹਿੰਦਾ ਵੀ ਨਹੀਂ ਰਾਣੀ ਤੇਰੀ ਡਿੱਗੀ ਫਿਰ ਚੈਸ ਦੇ ਵਿੱਚ ਥੋੜ੍ਹਾ ਚੀਟ ਕੀਤਾ ਸੀ ਨਹੀਂ ਨਹੀਂ ਚੈਸ 'ਚ ਨਹੀਂ ਲਾਈਫ 'ਚ ਸੁਣਿਆ ਚੀਟ ਕਰ ਰਹੇ ਹੋ ਹਾਂਜੀ ਲਾਈਫ 'ਚ ਸੁਣਿਆ ਤੁਸੀਂ ਦੋ ਦਿਨ ਡੇਟ ਕਰ ਰਹੇ ਹੋ ਲਾਈਟ ਲਾਈਫ ਲਾਈਫ 'ਚ ਲਾਈਫ 'ਚ ਚੀਟ ਕਰ ਰਹੇ ਹੋ ਹੈ ਜ਼ਿੰਦਗੀ 'ਚ ਚੀਟ ਕਰ ਰਹੇ ਹੋ ਅਦਰ ਨਾਲ ਦੀ ਕੌਣ ਹੈ ਜਿਹੜੀ ਮਗਰ ਜ਼ਿੰਦਗੀ ਚਲ ਗਈ ਨਾਲ ਦੀ ਦੀਆਂ ਫੁੱਕਾਂ 'ਚ ਕਦੇ ਨਹੀਂ ਆਈਦਾ ਨਾਲ ਦੀਆਂ ਭੂਤਣੀਆਂ ਚਾਹੁੰਦੀਆਂ ਨਹੀਂ ਹੁੰਦੀਆਂ ਕਦੇ ਵੀ ਨਾਲ ਦੀ ਮੇਰੀ ਗੱਲ ਸੁਣ ਰਾਜਵੀਰ ਹਾਂਜੀ ਕਦੇ ਵੀ ਨਾਲ ਦੀ ਚਾਹੁੰਦੀ ਨਹੀਂ ਹੁੰਦੀ ਕਿ ਇਹਦਾ ਸੋਹਣਾ ਘਰ ਵਾਲਾ ਹੋਵੇ ਹੈ ਉਹਨੂੰ ਸਮਝਾ ਕੇ ਰੱਖੋ ਨਹੀਂ ਨਹੀਂ ਨਾਲ ਦੀ ਸਹੀ ਕਹਿ ਰਹੀ ਹਾਂ ਦੇਖ ਵਿਆਹ ਤੋਂ ਪਹਿਲਾਂ ਹੀ ਤੂੰ ਨਾਲ ਦੀ ਗੱਲਾਂ ਕਰ ਰਹੀ ਹੈ ਵਿਆਹ ਤੋਂ ਬਾਅਦ ਕੀ ਹਾਲ ਹੋਊਗਾ ਨਹੀਂ ਨਹੀਂ ਮੈਨੂੰ ਸਭ ਸੱਚਾਈ ਪਤਾ ਲੱਗ ਗਈ ਕੀ ਪਤਾ ਲੱਗਿਆ ਵੀ ਤੁਸੀਂ ਮੇਰੇ ਨਾਲ ਵੀ ਤੇ ਉਧਰ ਵੀ ਵਾਹ ਜੀ ਮਾਂ ਨਹੀਂ ਮੈਨੂੰ ਡਰ ਬਹਲਾ ਦਾ ਜੀ ਅੱਛਾ ਨਾ ਜੀ ਨਾ ਜੀ ਨਾ ਜੀ ਨਾ ਜੀ ਮੈਂ ਕਦੇ ਇਹ ਗੱਲ ਸੁਪਨੇ 'ਚ ਵੀ ਸੋਚ ਨਹੀਂ ਸਕਦਾ ਬਸ ਬਸ ਇਹ ਕਹਿੰਦੀਆਂ ਗੱਲਾਂ ਨੇ ਤੁਸੀਂ ਬਸ ਚੀਟ ਕਰਤਾ ਜੀ ਹਾਂਜੀ ਧੋਖੇਬਾਜ਼ ਨਿਕਲੇ ਤੁਸੀਂ ਅੱਛਾ ਜੀ ਫੇਰ ਜੀ ਬਸ ਫਿਰ ਹੁਣ ਮੇਰੀ ਲਾਈਫ 'ਚ ਕੋਈ ਜਗ੍ਹਾ ਨਹੀਂ ਤੁਹਾਡੇ ਲਈ ਮਤਲਬ ਹੋ ਗਿਆ ਛੱਡ ਛੱਡਾ ਏ ਖੁਦਾ ਤੁਸੀਂ ਹੋ ਗਿਆ ਛੱਡ ਛੱਡਾ ਹੋ ਗਿਆ ਛੱਡ ਥੈਂਕ ਯੂ ਓ ਆਣੀ ਕਿਨੇ ਡੈਡੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਤੁਹਾਡਾ ਮਰਜ਼ੀਨਾ ਮਰਜ਼ੀਨ ਮਰਜ਼ੀਨਾ ਤੇ ਮਰਜ਼ੀ ਨਹੀਂ ਰੱਖਿਆ ਨਾ ਹਾਂ ਕੀ ਰੱਖਿਆ ਨਾ ਮਰਜ਼ੀਨਾ ਅੱਛਾ ਨਾਮ ਹੀ ਮਰਜ਼ੀਨਾ ਹੈ ਹਾਂਜੀ ਮੈਂ ਸੋਚਿਆ ਕੀ ਨਾਮ ਹੈ ਕਹਿੰਦੀ ਮਰਜ਼ੀਨਾ ਚਲੋ ਠੀਕ ਹੈ ਬਹੁਤ ਸੋਹਣਾ ਨਾਮ ਹੈ ਜੀ ਤੁਸੀਂ ਕਿੱਥੇ ਬਿਲੋਂਗ ਕਰਦੇ ਹੋ ਜੀ ਸੰਗਰੂਰ ਤੋਂ ਸੰਗਰੂਰ ਤੋਂ ਠੀਕ ਹੈ ਇਹ ਇਕੱਠੀ ਬੈਲਟ ਖੜੀ ਇੱਧਰ ਹੈ ਇਹ ਕਜ਼ਨਸ ਨੇ ਓਕੇ ਓਕੇ ਇਹ ਕਜ਼ਨ ਹੈ ਤੁਹਾਡੇ ਇਹ ਵੀ ਕਜ਼ਨ ਹੈ ਜੀ ਹਾਂਜੀ ਓਕੇ ਓਕੇ ਅੱਛਾ ਰਿਸ਼ਤੇਦਾਰ ਇਕੱਠੇ ਜੇ ਪੜ ਜਾਂਦੇ ਵਧੀਆ ਇਹ ਕਿਵੇਂ ਰਿਸ਼ਤੇਦਾਰੀ ਪੈਂਦੀ ਇਹਨਾਂ ਨਾਲ ਬਚਪਨ ਤੋਂ ਹੀ ਚਾਚੂ ਦੀ ਬੇਟੀਆਂ ਨੇ ਬਚਪਨ ਤੋਂ ਚਾਚੂ ਦੀ ਬੇਟੀ ਆਈ ਮੀਨ ਬਚਪਨ ਤੋਂ ਜਿਨ੍ਹਾਂ ਦੀ ਚਾਚੂ ਦੀ ਬੇਟੀ ਹੋਣੀ ਮੇਰੇ ਵੀ ਚਾਚੇ ਦਾ ਮੁੰਡਾ ਬਚਪਨ ਤੋਂ ਹੀ ਹੋਊਗਾ ਬਚਪਨ ਤੋਂ ਇਕੱਠੇ ਪੜ ਰਹੇ ਹਾਂ ਚਲੋ ਠੀਕ ਹੈ ਜੀ ਹੋਰ ਤੁਹਾਡੇ ਸ਼ੌਂਕ ਜੀ ਮੇਰਾ ਮਹਿੰਦੀ ਡਿਜ਼ਾਈਨਰ ਏਮ ਜੇ ਕੁਝ ਡਿਸਾਈਡ ਨਹੀਂ ਕੀਤਾ ਅੱਛਾ ਜੀ ਕਦੋਂ ਕਰੋਗੇ ਡਿਸਾਈਡ ਬਸ ਜਦੋਂ ਜਿੱਦਣ ਨੂੰ ਕਿਸਮਤ ਲੈ ਜਾਏਗੀ ਜਿੱਦਣ ਨੂੰ ਕਿਸਮਤ ਲੈ ਜਾਊਗੀ ਕਿਸਮਤ ਵੀ ਤੁਹਾਡੇ ਚਾਚੇ ਮਾਮੇ ਦੀ ਕੁੜੀ ਹੈ ਨਹੀਂ ਜੋ ਰੱਬ ਨੇ ਲਿਖ ਕੇ ਭੇਜੀ ਹੁੰਦੀ ਹੈ ਨਾ ਉਹ ਵਾਲੀ ਕਿਸਮਤ ਹੁੰਦੀ ਅੱਛਾ ਜੋ ਰੱਬ ਅੱਛਾ ਚਲੋ ਹੱਥ ਦੇਖਣਾ ਉਹਨਾਂ ਨੂੰ ਦੇਖੀ ਮੈਂ ਕੀ ਕਹਿੰਦਾ ਹੱਥ ਜੋੜ ਹੱਥ ਨਹੀਂ ਚੰਦ ਦੇਖਦੇ ਆ ਨਾ ਬਣਿਆ ਹੋਇਆ ਤੁਹਾਡੇ ਹੱਥ 'ਚ ਨਹੀਂ ਬਣਿਆ ਨਹੀਂ ਹੋਇਆ ਚੰਦ ਤਾਂ ਬਹੁਤ ਆ ਮੇਰੇ ਕੋਲ ਲਾਈਫ 'ਚ ਕੋਈ ਕੁੜੀ ਆਉਣ ਵਾਲੀ ਆ ਤੁਹਾਡੀ ਆਉਣ ਵਾਲੀ ਹੈ ਕਿ ਆ ਗਈ ਕਿ ਆਉਣਗੀਆਂ ਆਉਣਗੀਆਂ ਨਹੀਂ ਫਿਰ ਉਹ ਤਾਂ ਚਿੱਤਰ ਲਾਉਣ ਆਉਣਗੀਆਂ ਉਹ ਤਾਂ ਫਿਰ ਚਿੱਤਰ ਹੈ ਕਿ ਲਾਈਫ 'ਚ ਕੁੜੀ ਆਉਣ ਵਾਲੀ ਹੈ ਕਿੰਨੇ ਦਿਨ ਚਾਹੀਦੀ 3-4 ਦਿਨਾਂ ਤੱਕ ਆ ਜਾਏਗੀ ਅੱਛਾ 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 ਪੜ੍ਹਨ ਵਾਲੀ ਹੈ ਕਿ ਪੜ੍ਹਾਉਣ ਵਾਲੀ ਹੈ ਪੜ੍ਹ ਰਹੀ ਹੈ ਅੱਛਾ ਕਿਹੜਾ ਏਰੀਆ ਕਿਹੜਾ ਮਾਲਵਾ ਦੁਆਬਾ ਕਿ ਮਾਝਾ ਨਿਊ ਪਟਿਆਲੇ ਕੋਲ ਰਹਿੰਦੀ ਹਾਂ ਜ਼ਿਆਦਾ ਨਹੀਂ ਦੇਖੀ ਰਾਤ ਤੋਂ ਲੋਕਾਂ ਕੀ ਆਦ ਖੜਦੇ ਹੋ ਕੀ ਨਾਮ ਹੈ ਤੁਹਾਡਾ ਨੀਤੂ ਨੀਤੂ ਹਾਂਜੀ ਸਭ ਤੋਂ ਵਧੀਆ ਰਿਸ਼ਤੇਦਾਰ ਕਿਹੜਾ ਲੱਗਦਾ ਸਭ ਤੋਂ ਵਧੀਆ ਸਭ ਤੋਂ ਫੇਵਰੇਟ ਮੈਨੂੰ ਮੇਰੀ ਫਰੈਂਡ ਵਧੀਆ ਲੱਗਦੀ ਸਭ ਤੋਂ ਰਿਸ਼ਤੇਦਾਰ ਹੈਗੇ ਬਟ ਸਾਰੇ ਮੇਰੇ ਤੋਂ ਵੱਡੇ ਆ ਜਿਨ੍ਹਾਂ ਨਾਲ ਮਤਲਬ ਮੈਂ ਇੰਨਾ ਗੱਲ ਨਹੀਂ ਬਾਤ ਨਹੀਂ ਕਰ ਸਕਦੀ ਅੱਛਾ ਅੱਛਾ ਸਭ ਵੱਡੇ ਆ ਮਾਸੀ ਦੀਆਂ ਕੁੜੀਆਂ ਭੂਆ ਦੇ ਸਾਰੇ ਹਾਂਜੀ ਵਿਆਹੇ ਗਏ ਤੇ ਕਿੰਨੀਆਂ ਭੂਆ ਮੇਰੀਆਂ ਭੂਆ 6 ਦਾਦਾ ਜੀ ਅਜਲੀ ਮੇਰੇ ਪਾਪਾ ਹਰੀ ਸਭ ਤੋਂ ਛੋਟੇ ਆ ਤੇ ਭੂਆ ਹਰੀ ਸਭ ਤੋਂ ਵੱਡੇ ਤਾਂ ਦੋ ਤਿੰਨ ਹੋਰ ਹੋਣਗੇ ਕ੍ਰਿਕਟ ਦੀ ਟੀਮ ਬਣ ਜਾਣੀ ਵਧੀਆ 6 ਭੂਆ ਹਾਂਜੀ 6 ਭੂਆ ਦਾ ਸੀਰੀਅਲ ਵਾਈਜ਼ ਨਾਮ ਲੈਣਾ ਵੱਡੀ ਤੋਂ ਛੋਟੀ ਤੋਂ ਛੋਟੀ ਤੋਂ ਛੋਟੀ ਤਾਂ ਰੇਸ਼ਮਾ ਭੋਲੀ ਰੇਸ਼ਮਾ ਭੋਲੀ ਦੋ ਹੋ ਗਈਆਂ ਰੇਸ਼ਮਾ ਤੇ ਸੰਤੋਸ਼ ਸੰਤੋਸ਼ ਜੀ ਬਬਲੀ ਬਬਲੀ ਤਾਰਾਂ ਤਾਰਾਂ ਰਾਣੀ ਰਾਣੀ ਠੰਡੇ ਸਵਾਲ ਕਿਹੜੇ ਨੇ ਜਿਹਨਾਂ ਮਤਲਬ ਕਿ ਕੂਲ ਜੇ ਨੇਚਰ ਵਾਲੇ ਸੰਤੋਸ਼ ਭੂਆ ਸੰਤੋਸ਼ ਭੂਆ ਜੀ ਉਹ ਕੂਲ ਨੇਚਰ ਵਾਲੇ ਸਭ ਤੋਂ ਗੁੱਸੇ ਖੋਰੀ ਸਭ ਤੋਂ ਭੋਲੀ ਭੂਆ ਭੋਲੀ ਭੂਆ ਅੱਛਾ ਨਾ ਭੋਲੀ ਇਹ ਨਾ ਥੋੜਾ ਚੇਂਜ ਕਰ ਦੋ ਤੇ ਸਭ ਤੋਂ ਜਿਹੜੀ ਐ ਭੂਆ ਵੀ ਜਿਹਦੇ ਢਿੱਡ 'ਚ ਗੱਲ ਨਹੀਂ ਰਹਿੰਦੀ ਨਾ ਦੱਸੋ ਰਹੀ ਫੇਰ ਵੀ ਅੱਛਾ ਅੱਛਾ ਨਾ ਦੱਸੋ ਹੈਗੀ ਹੈ ਹੁਣ 6 ਦੇ ਵਿੱਚ ਜਿਹੜੀਆਂ 2 ਹੈ ਉਹਨਾਂ ਵਿੱਚੋਂ ਹੈ
ਅੱਛਾ ਉਹ ਚਾਰ ਰਹਿ ਗਈਆਂ ਮਗਰ ਇੱਕ ਹੋ ਗਈ ਜੀ ਤਾਰਾ ਇੱਕ ਜਿਹੜੀ ਦਿਲ ਦੀ ਰਾਣੀ ਮੈਨੂੰ ਇੱਧਰ ਲੱਗਦਾ ਥੋੜਾ ਰਾਣੀ ਵਾਲੇ ਪਾਸੇ ਹੈ ਰਾਣੀ ਵਾਲੇ ਪਾਸੇ ਕੀ ਲੱਗਦਾ ਤੁਹਾਨੂੰ ਬਈ ਢਿੱਡ 'ਚ ਗੱਲ ਪੱਛ ਜਾਂਦੀ ਹੈ ਰਾਣੀ ਉਹਨਾਂ ਨੇ ਤਿੰਨ ਰਹਿ ਗਈਆਂ ਤਿੰਨ ਰਹਿ ਗਈਆਂ ਤੋ ਜਵਾਬ ਮੇਰੀ ਹੈ ਜੀ ਤੋ ਲਓ ਜੀ ਛੇ ਪੋ ਜੋ ਤਿੰਨ ਰਹਿ ਗਈਆਂ ਅਮਰੀ ਜੀ ਕਿੱਦਾਂ ਦੀ ਨੇਚਰ ਉਹਨਾਂ ਦੀ ਉਹਨਾਂ ਦਾ ਬਹੁਤ ਗੁੱਸੇ ਵਾਲਾ ਨੇਚਰ ਉਹ ਬਹੁਤ ਗੁੱਸੇ ਵਾਲਾ ਹੈ ਵੈਸੇ ਉਹ ਢਿੱਡ 'ਚ ਗੱਲ ਪੱਛ ਜਾਂਦੀ ਹੈ ਫਸਲਾ ਮੁਕਾਬਲਾ ਹੁਣ ਆਪ ਹੀ ਗੱਲ ਸੋਚ ਵੀ ਕਿਹਨਾਂ ਦੇ ਢਿੱਡ 'ਚ ਨਹੀਂ ਗੱਲ ਵੱਜਦੀ ਰੇਸ਼ਮਾ ਜਾਂ ਤਾਰਾ ਜਾਂ ਆਪ ਆਪਣਾ ਕੰਚ ਨਾਮ ਬਹੁਤ ਵਧੀਆ ਗੋਡ ਬਲੈਸ ਯੂ ਜੀ ਸਾਰੀਆਂ ਭੂਆ ਸਾਰੇ ਚਾਚਾ ਜੀ ਸਾਰਾ ਪਰਿਵਾਰ ਬਾਬਾ ਜੀ ਖੁਸ਼ ਰੱਖੋ ਥੈਂਕ ਯੂ ਸੋ ਮਚ ਜੀ ਵਧੀਆ ਲੱਗੇ ਗੱਲ ਕਰਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮਿਲਨਦੀਪ ਮਿਲਨਦੀਪ ਨਾਂ ਤੁਹਾਡਾ ਵੀ ਬਹੁਤ ਸੋਹਣਾ ਜੀ ਤੇ ਗੀਤ ਸੁਣਾਓ ਜੀ ਲਿਖੇ ਸੀ ਸੰਜੋਗ ਸਾਡੇ ਤੇਰੇ ਨਾਲ ਵੇ ਹੱਸਦੇ ਹਸਾਉਂਦੇ ਲੰਘ ਗਿਆ ਸਾਲ ਵੇ ਲਿਖੇ ਸੀ ਸੰਜੋਗ ਸਾਡੇ ਤੇਰੇ ਨਾਲ ਵੇ ਹੱਸਦੇ ਹਸਾਉਂਦੇ ਲੰਘ ਗਿਆ ਸਾਲ ਵੇ ਧੰਨਵਾਦ ਦਿਲ ਤੇਰਾ ਦਿੱਤਾ ਰਾਜੇ ਆਵੇ ਵਾਂਗ ਰਾਣੀਆਂ ਦੇ ਰੱਖੀ ਹੋਈਆਂ ਹੈ ਨਹੀਂ ਅੜੀਏ ਟੀਵੀ ਤੇ ਆ ਗਈ ਹੈ ਅਰੇ ਚੁੰਨੀ ਆਪਣ ਤੋਂ ਬੜੀ ਲੱਗ ਇਹਨੂੰ ਚੱਕ ਮੜੇ ਇਧਰ ਇਧਰ ਚੱਕੋ ਚੁੰਨੀ ਹਾਂ ਹੁਣ ਕਰੋ ਤਿਆਰ ਕਰੋ ਹੋਰ ਸੁਣਾਓ ਵਧੀਆ ਜੀ ਕੀ ਨਾਂ ਜੀ ਪੂਜਾ ਪੂਜਾ ਤੋ ਪੂਜਾ ਨਵ ਜਨਮੀ ਬੱਚੀ ਪੂਜਾ ਪੂਜਾ ਫਿਰ ਕੈਸਾ ਲੱਗ ਰਿਹਾ ਹੈ ਸੰਸਾਰ ਮੇ ਆਕਰ ਬਹੁਤ ਅੱਛਾ ਲੱਗ ਰਿਹਾ ਹੈ ਬਹੁਤ ਅੱਛਾ ਲੱਗ ਰਿਹਾ ਹੈ ਸਪੈਸ਼ਲੀ ਆਪ ਸੇ ਮਿਲਕਰ ਵਾਹ ਜੀ ਵਾਹ ਦੇਖੋ ਕਿਤਨੀ ਟੈਕਨੋਲੋਜੀ ਫਾਸਟ ਹੋ ਗਈ ਬੱਚਾ ਜਮਾ ਔਰ ਬੋਲਨੇ ਲੱਗ ਪੜਾ ਬਹੁਤ ਅੱਛਾ ਸਾਰਾ ਕ੍ਰੈਡਿਟ ਜਾਤਾ ਇਨਕੇ ਪੇਰੈਂਟਸ ਕੋ ਬਹੁਤ ਅੱਛਾ ਥੈਂਕ ਯੂ ਜਦੋਂ ਐਡਮਿਸ਼ਨ ਲੈਣ ਆਏ ਸੀ ਹਾਂਜੀ ਉਹ ਟੀਚਰ ਨੇ ਸ਼ੌਕ ਤਾਂ ਨਹੀਂ ਲੱਗਿਆ ਹਾਂਜੀ ਬੇਟਾ ਕੀ ਨਾਮ ਪੂਜਾ ਹੈ ਤਾਂ ਨਹੀਂ ਹਾਂਜੀ ਅੱਛਾ ਜੀ ਅੱਛਾ ਜੀ ਚਲੋ ਵਧੀਆ ਜੀ ਸ਼ੌਕ ਡਾਂਸਿੰਗ ਬੈਡਮਿੰਟਨ ਖੇਲਣਾ ਐਂਡ ਮਹਿੰਦੀ ਲਾਣਾ ਬੈਡਮਿੰਟਨ ਤੇਰੀ ਚਿੜੀ ਤਾਂ ਟੱਪਦੀ ਹੋਣੀ ਬੇਸ਼ੱਕ ਦੀ ਨਾ ਓਹੋ ਫਿਰ ਬੇਸ਼ੱਕ ਦੀ ਨਾਟ ਵੇ ਬਟ ਮੇਰਾ ਸ਼ੌਕ ਹੈ ਚਲੋ ਠੀਕ ਹੈ ਜੀ ਗੀਤ ਸੁਣਾਓਗੇ ਕਿ ਡਾਂਸ ਕਰੋਗੇ ਮੈਂ ਡਾਂਸ ਕਰੂੰਗੀ ਚਲੋ ਠੀਕ ਹੈ ਢੋਲ ਦੀ ਤਾਲ ਤੇ ਡਾਂਸ ਕਰੋ ਚਲੋ ਠੀਕ ਹਮੇ ਆਪਸੇ ਮਿਲਣਾ ਥਾ ਇਸਲੀਏ ਹਮ ਆਏ ਅੱਛਾ ਸਭ ਕੁਝ ਆਦਿ ਰੱਖਾ ਹੈ ਉਹਨੇ ਜਾਣ ਕੇ ਰੱਖਿਆ ਵੀ ਇੱਧਰ ਐਗਜ਼ਾਮ ਹੈ ਉੱਧਰ ਮਾਸੀ ਦਾ ਵਿਆਹ ਰੱਖ ਦੂੰ ਵੱਧ ਆ ਕੇ ਖਾਣਗੀਆਂ ਹੋਰ ਕੀ ਬੈਠ ਚਲੋ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਮੈਂ ਤਾਂ ਬਿਮਾਰ ਵੀ ਸੀ ਤਾਂ ਵੀ ਤੁਹਾਡੇ ਤੁਸੀਂ ਬਿਮਾਰ ਵੀ ਸੀਗੇ ਓਹ ਓਹ ਹੋਰ ਤੁਸੀਂ ਬੋਲੋ ਐਗਜ਼ਾਮ ਦੇਣਾ ਅਭੀ ਹਮਨੇ ਹਾਂ ਦੋ ਦੋ ਐਗਜ਼ਾਮ ਦੋ ਐਗਜ਼ਾਮ ਆਪ ਮੈਨੇ ਆਪਕੋ ਫਸਟ ਟਾਈਮ ਦੇਖਾ ਬੋਲੋ ਥੈਂਕ ਯੂ ਸੋ ਮਚ ਆਜੋ ਮੈਂ ਆਪਕਾ ਹਰ ਸ਼ੋਅ ਦੇਖਦੀ ਹਾਂ ਥੈਂਕ ਯੂ ਥੈਂਕ ਯੂ ਹਾਂ ਜੀ ਆਪ ਬੋਲੋ ਮੈਂ ਤਾਂ ਬਿਮਾਰ ਆਪ ਬਿਮਾਰ ਹੋ ਥੈਂਕ ਯੂ ਬੋਲੋ ਆਪ ਬਹੁਤ ਅੱਛੇ ਹੋ ਆਪ ਬਹੁਤ ਅੱਛੇ ਥੈਂਕ ਯੂ ਹਾਂ ਜੀ ਮੈਂ ਤਾਂ ਡੇਲੀ ਦੇਖਦੀ ਹਾਂ ਤੁਹਾਡਾ ਡੇਲੀ ਦੇਖਦੀ ਹਾਂ ਬਹੁਤ ਵਧੀਆ ਬਹੁਤ ਮੇਰੇ ਕਰਾ ਦੋ ਪੜਾਈਆਂ ਹਾਂ ਜੀ ਮੇਰੇ ਪਾਪਾ ਆਪਕਾ ਸ਼ੋਅ ਦੇਖਦੇ ਆ ਉਨਕੀ ਨਜ਼ਰ ਮੇਂ ਆਪਕਾ ਸ਼ੋਅ ਬੈਸਟ ਸ਼ੋਅ ਹੈ ਥੈਂਕ ਯੂ ਬਹੁਤ ਸਾਰਾ ਪਿਆਰ ਤੁਹਾਨੂੰ ਸਾਰਿਆਂ ਨੂੰ ਬਿਮਾਰ ਹੋ ਬਿਮਾਰੀ ਠੀਕ ਹੋ ਰਹੀ ਹੋ ਗਿਆ ਠੀਕ ਸੁਣਾਓ ਜੀ ਫਿਰ ਕੀ ਕਰਨਾ ਬੇਸ਼ ਮੇਰੀ ਜਾਨ ਤੇਰੇ ਵਿੱਚ ਵਸਦੀ ਜਿੰਦ ਕੱਢ ਲੈ ਖਿੜ ਖਿੜ ਹੱਸਦੀ ਤੂੰ ਖਿੜ ਜਾਂਦੀ ਐ ਤੱਕ ਕੇ ਤੇਰਾ ਮੂੰਹ ਤੇਰਾ ਮੂੰਹ ਮੇਰੇ ਚਲਦੇ ਨੇ ਜੋ ਸਾਹ ਓਏ ਨਾਦੀ ਇੱਕ ਵਜਾ ਬਸ ਤੂੰ ਬਸ ਤੂੰ ਬਸ ਤੂੰ ਬਸ ਤੂੰ ਰਾਤੀ ਸਿਨੇਮਾ ਵੇਖਣ ਗਿਆ ਨਾ ਗਿਆ ਰਾਤੀ ਸਿਨੇਮਾ ਵੇਖਣ ਗਿਆ ਨਾ ਗਿਆ ਦੱਸ ਕੇ
ਮੈਂ ਵੀ ਗੁੰਡਾ ਨਾ ਖੋਲਿਆ ਆ ਗਿਆ ਕਾਂਦੀ ਟੱਪ ਕੇ, ਮੈਂ ਵੀ ਰੋਟੀ ਨਾ ਪੁੱਛੀ ਖਾ ਗਿਆ ਗੰਡੇ ਪਾਟੀ ਕੇ, ਮੈਂ ਵੀ ਮੰਜਾ ਨਾ ਡਾਇਆ ਪੈ ਗਿਆ ਬੋਰੀ ਸਾਟੀ ਕੇ, ਅੜੀਆ ਮੈਂ ਤੜਕੇ ਨਾ ਬੋਲਾ ਰੋਟੀ ਮੰਗੇ ਹਾਸੀ ਕੇ, ਰਾਤੀ ਸਿਨਮਾ ਵੇਖਣ ਗਿਆ ਨਾ ਗਿਆ ਦਾਸੀ ਕੇ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਕੀ ਨਾਂ ਜੀ? ਅਮਨਦੀਪ ਕੌਰ। ਅਮਨਦੀਪ ਕੌਰ, ਅਮਨਦੀਪ ਤੁਹਾਡੇ ਸ਼ੌਂਕ ਜੀ? ਮੇਰੇ ਸੋਹਣਾ ਸਭ ਤੋਂ ਵੱਡਾ ਸ਼ੌਂਕ ਮੇਰਾ ਜਵਾਬ ਦੋ ਯਾਰ, ਦੋ ਸ਼ੌਂਕ ਸਿਮਿਲਰ ਹੈ। 5 ਮਿੰਟ ਵੀ ਮਿਲ ਜਾਣ ਉੱਚ ਵੀ ਸੋਹਣਾ, 2 ਮਿੰਟ ਮਿਲ ਜਾਣ ਉੱਚ ਵੀ ਸੋਹਣਾ, ਬਹੁਤ ਮਤਲਬ ਕਿ ਫਰੈਸ਼ ਰਹਿੰਦਾ ਜੀ ਮਾਈਂਡ ਜੀ। ਮੈਨੂੰ ਤਾਂ ਟੀਚਰਸ ਵੀ ਕਹਿ ਦਿੰਦੇ ਨੇ ਵੀ ਤੂੰ ਸਾਰਾ ਦਿਨ ਸੁੱਤੀ ਰਹਿੰਦੀ ਆ। ਨਹੀਂ ਬਹੁਤ ਵਧੀਆ ਜੀ, ਇਹ ਕਰਮ ਵਾਲੀ ਹੁੰਦੀ ਜਿਹਨੂੰ ਨੀਂਦ ਵਾਧ ਹੁੰਦੀ। ਮੈਂ ਆਪਣੇ ਇੱਕ ਤਾਂ ਸਾਰੇ ਗਰੁੱਪ ਨੂੰ ਬੁਲਾਉਣਾ ਚਾਹੁੰਦੀ ਆ, ਅਸੀਂ ਸਾਰੇ ਬੋਲੀਆਂ ਪਾਵਾਂਗੇ ਇਕੱਠੀਆਂ। ਪਾ ਦੋ ਬੋਲੀਆਂ ਪਾ ਦੋ ਜੀ। ਮੇਰੇ ਇਸ ਗਰੁੱਪ 'ਚ ਮੈਂ ਸਾਰਿਆਂ ਦੇ ਨਾਮ ਦੱਸਦੀ ਹਾਂ ਕਿ ਕੌਣ ਕੌਣ ਆ। ਹਾਂਜੀ ਹਾਂਜੀ, ਦੱਸੋ। ਪਹਿਲੇ ਨੰਬਰ 'ਤੇ ਹੈਗਾ ਸਾਡਾ ਜੀਜਾ। ਸਾਰੀਆਂ ਜੋਰਦਾਰ ਜੀਜਾ ਜੀ ਨੇ, ਜੀਜਾ ਤੁਰਦਾ ਵੀ ਜੀਜੇ ਵਾਂਗੂ ਹੀ ਆ। ਤਾਂ ਹੀ ਤਾਂ ਜੀਜਾ ਬਣਾਇਆ ਨਾ ਸੀ। ਹਾਂਜੀ ਹਾਂਜੀ ਹਾਂਜੀ। ਅੱਛਾ, ਫਿਰ ਉਸ ਤੋਂ ਬਾਅਦ ਹੈਗੀ ਆ ਸਾਡੀ ਭੈਣ ਬਣਾਈ ਆ ਜੋ ਕੈਂਡੀ। ਆਓ 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 ਆਓ, ਇਹ ਜੀਜਾ ਫੜ ਕੇ ਲਿਆਉਂਦਾ ਦੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਅਗਲਾ ਮੈਂਬਰ ਤੁਹਾਡੇ ਪਰਿਵਾਰ ਦਾ ਛੋਟੀ ਸਾਲੀ, ਉਹਦਾ ਨਾਮ ਚੂਚਾ ਰੱਖਿਆ ਹੋਇਆ। ਲਓ ਜੀ, ਜੀਜੇ ਦੀ ਸਭ ਤੋਂ ਲਾਡਲੀ ਸਾਲੀ। ਜੀਜਾ ਵਾਰ ਨੱਤੀਆਂ ਦਾ ਜੋੜਾ ਕਿਤੇ ਵਿੱਚ ਸਾਲੀ ਨੱਚ, ਜੀਜਾ ਵਾਰ ਨੱਤੀਆਂ ਦਾ ਜੋੜਾ ਕਿਤੇ ਵਿੱਚ ਸਾਲੀ। ਲਓ ਜੀ, ਪੂਰਾ ਫਨ, ਪੂਰੀ ਮਸਤੀ, ਜੀਜਾ ਸਾੜੀਆਂ, ਸਾਰਿਆਂ ਨੇ ਪਰਿਵਾਰ ਵੀ ਅਸੀਂ ਦੇਖੇ, ਸੋ ਫਨ ਇੱਦਾਂ ਹੀ ਕੰਟੀਨਿਊ ਰਹੂਗਾ, ਤੁਸੀਂ ਕਿਤੇ ਨਹੀਂ ਜਾਣਾ। ਮਿਲਦੇ ਹਾਂ ਜੀ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇੱਕ ਵਾਰ ਫੇਰ ਸਵਾਗਤ ਹੈ ਤੁਹਾਡੇ ਆਪਣੇ ਫੇਵਰੇਟ ਸ਼ੋਅ ਜਿਹਦਾ ਨਾਮ ਹੈ ਕੰਟੀਨਿਊ ਮੰਡੀਰ। ਉਹ ਕੁੜੀਆਂ ਦੇ ਕਾਲਜ ਜਿਹੜਾ ਪਟਿਆਲਾ ਬਹੁਤ ਰੌਣਕਾਂ ਲੱਗੀਆਂ ਹੋਈਆਂ ਨੇ, ਸੂਟ ਪਾਇਆ ਕਾਲਾ, ਆ ਜਾਓ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਕੀ ਨਾਮ ਹੈ ਜੀ? ਅਮਨਦੀਪ ਸ਼ਰਮਾ। ਅਮਨਦੀਪ ਸ਼ਰਮਾ, ਹਾਂਜੀ। ਕਿੱਥੋਂ ਬਿਲੋਂਗ ਕਰਦੇ ਹੋ? ਮੈਂ ਪਾਦਸੋ। ਪਾਦਸੋ ਤੋਂ, ਹਾਂਜੀ। ਤੇ ਪਿੰਡ 'ਚ ਰਹਿੰਦੇ ਹੋ ਕਿ ਸ਼ਹਿਰ 'ਚ? ਪਿੰਡ 'ਚ ਰਹਿੰਦੇ ਹਾਂ। ਪਿੰਡ 'ਚ ਰਹਿੰਦੇ ਹੋ, ਹਾਂਜੀ। ਪਾਦਸੋ ਦੇ ਨੇੜੇ ਪਿੰਡ ਹੈ। ਓਕੇ, ਪਾਦਸੋ ਨੇੜੇ ਪਿੰਡ ਹੈ। ਪਿੰਡ ਵਾਲੀ ਕੁੜੀ ਤੇ ਸ਼ਹਿਰ ਵਾਲੀ ਕੁੜੀ 'ਚ ਡਿਫਰੈਂਸ ਤੁਸੀਂ, ਤੁਹਾਨੂੰ ਕੀ ਲੱਗਦਾ ਕੀ ਹੋਊਗਾ? ਅੱਜ ਕੱਲ੍ਹ ਦੀ ਕੁੜੀਆਂ 'ਚ ਕੋਈ ਡਿਫਰੈਂਸ ਨਹੀਂ ਹੈ। ਅੱਜ ਕੱਲ੍ਹ ਦੀ ਕੁੜੀਆਂ ਕੋਈ ਡਿਫਰੈਂਸ ਨਹੀਂ? ਨੋ, ਜਿਵੇਂ ਪਿੰਡ ਉਵੇਂ ਸ਼ਹਿਰੀ। ਹਾਂਜੀ। ਸ਼ਹਿਰ ਵਾਲੀ ਕੁੜੀ ਵੱਧ ਸਿਆਣੀ ਹੁੰਦੀ ਹੈ ਕਿ ਪਿੰਡ ਵਾਲੀ? ਪਿੰਡ ਵਾਲੀ। ਪਿੰਡ ਵਾਲੀ ਵੱਧ ਫੁਕਰੀ ਹੁੰਦੀ ਹੈ ਕਿ ਸ਼ਹਿਰ ਵਾਲੀ? ਸ਼ਹਿਰ ਵਾਲੀ। ਸੋਹਣੀ ਤੇ ਫੁਕਰੀ ਪਿੰਡ ਵਾਲੀ ਹੁੰਦੀ ਹੈ ਸ਼ਹਿਰ ਵਾਲੀ? ਸ਼ਹਿਰ ਵਾਲੀ ਹੁੰਦੀ ਹੈ। ਕੁੜੀਆਂ ਸਾਰੀਆਂ ਫੁਕਰੀਆਂ ਹੁੰਦੀਆਂ ਨੇ। ਹਾਂਜੀ, ਆਪਣੇ ਆਪਣੇ ਅਕੋਰਡਿੰਗ। ਇਹ ਬਹੁਤ ਵਧੀਆ ਆਨਸਰ ਹੈ, ਕੁੜੀਆਂ ਸਾਰੀਆਂ ਫੁਕਰੀਆਂ ਹੁੰਦੀਆਂ ਨੇ। ਇਹ ਕਹਿੰਦੇ ਨੂੰ ਚੰ ਚੰਡੋ ਇਹਨੂੰ, ਹਾਂ ਇਹਨੂੰ ਲੈ ਜਾਓ ਮਗਰ ਲੈ। ਤੇ ਤੁਹਾਡੇ ਸ਼ੌਂਕ ਜੀ? ਮੈਂ ਸੌਂਗ ਸੁਣਾਉਣਾ ਚਾਹੁੰਦੀ ਹਾਂ। ਸ਼ੌਂਕ ਜੀ, ਹਾਂਜੀ, ਸੁਣਾਓ ਜੀ। ਕਬਰਾਂ ਵਿੱਚੋਂ ਬੋਲੀ ਮਾਏ, ਦੁੱਖ ਸੁੱਖ ਧੀ ਨਾਲ ਖੋਲੀ ਮਾਏ, ਆਮਾ ਤਾਂ ਮੈਂ ਆਮਾ ਮਾਏ, ਆਮਾ ਤਾਂ ਮੈਂ ਆਮਾ ਮਾਏ, ਆਮਾ ਕਿਹੜੇ ਚਾਵਾਂ ਨਾ, ਮਾਂ ਮੈਂ ਮੁੜਨੀ ਪੇਕੇ ਆਉਣਾ, ਪੇਕੇ ਹੁੰਦੇ ਮਾਵਾਂ ਨਾ, ਮਾਂ ਮੈਂ ਮੁੜਨੀ ਪੇਕੇ ਆਉਣਾ, ਪੇਕੇ ਹੁੰਦੇ ਮਾਵਾਂ ਨਾ। ਥੈਂਕ ਯੂ ਜੀ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਕੀ ਨਾਮ ਜੀ? ਰਵੀਨਾ। ਰਵੀਨਾ, ਕਿਹਨੇ ਰੱਖੇ ਨਾਮ ਹੈ? ਮੰਮਾ ਨੇ। ਮੰਮਾ ਨੇ ਰੱਖਿਆ। ਪਰਿਵਾਰ 'ਚ ਕੌਣ ਕੌਣ ਹੈ ਜੀ? ਡੈਡੀ, ਮੰਮੀ, ਬ੍ਰਦਰ, ਦਾਦਾ, ਦਾਦੀ। ਓਕੇ ਜੀ। ਤੁਹਾਡੇ ਸ਼ੌਂਕ ਜੀ? ਮਾਡਲਿੰਗ ਕਰਨਾ। ਮਾਡਲਿੰਗ ਕਰਨਾ, ਮਾਡਲਿੰਗ ਕਰੋਗੇ ਇੱਥੇ ਰੈਂਪੋ ਤੱਕ? ਬਿਲਕੁਲ। ਚਲੋ ਠੀਕ ਹੈ, ਤੁਰ ਕੇ ਦਿਖਾਓ ਜੀ। ਏਮ ਕੀ ਹੈ ਜੀ? ਏਅਰ ਹੋਸਟੈਸ ਬਣਨਾ। ਅੱਛਾ, ਕਰਨੀ ਮਾਡਲਿੰਗ? ਪਰ ਜਹਾਜ਼ 'ਚ ਕਰਨੀ ਹੈ। ਕਿਆ ਖਾਏਂਗੇ? ਚਿਕਨ, ਮੈਂ ਆਪ ਹੀ ਲੈ ਕੇ ਆਤੀ ਹੂੰ। ਮੇਰੀ ਕਜ਼ਨ ਹੈ, ਥੋੜੀ ਬਹੁਤ ਵੱਡੀ ਫੈਨ ਆ ਉਹ, ਸ਼ੀਨਾ, ਤੇ ਉਹ ਤੁਹਾਡਾ ਸ਼ੋਅ ਹਮੇਸ਼ਾ ਦੇਖਦੀ ਆ, ਕੋਈ ਵੀ ਮਿਸ ਨਹੀਂ ਕਰਦੀ, ਤੇ ਪਲੀਜ਼ ਤੁਸੀਂ ਉਹਨਾਂ ਨੂੰ ਹਾਈ ਬੋਲ ਦਿਓ। ਹਾਏ ਸ਼ੀਨਾ, ਉਹ ਵੀ ਬਹੁਤ ਸੋਹਣੀ ਹੋਊਗੀ ਜਿਹਦੀ ਭੈਣ ਹੈ ਰਵੀਨਾ। ਬਹੁਤ ਵਧੀਆ ਜੀ, ਗੋਡ ਬਲੈਸ ਯੂ ਬਹੁਤ। ਸ਼ੀਨਾ ਜੀ ਦੀ ਨੇਚਰ ਕਿਦਾਂ? ਬਹੁਤ ਗੁੱਸੇ ਵਾਲੀ ਆ, ਮੇਰੇ ਨਾਲ ਲੜਦੀ ਰਹਿੰਦੀ ਆ ਹਮੇਸ਼ਾ। ਤੁਸੀਂ ਵੀ ਅੱਗੋਂ ਲੜਦੇ ਹੋਵੋਗੇ? ਬਿਲਕੁਲ, ਚਾਰਜਰ ਪਿੱਛੇ ਲੜਾਈ ਹੋ ਜਾਂਦੀ ਐਕਚੁਅਲੀ ਫੋਨ ਪਿੱਛੇ। ਓਕੇ ਓਕੇ, ਚਲੋ ਠੀਕ ਹੈ। ਤੁਸੀਂ ਸ਼ੀਨਾ ਲੈ ਗਈ ਤੁਹਾਡਾ ਚਾਰਜਰ, ਠੀਕ ਹੈ, ਬਿਨਾਂ ਪੁੱਛੇ। ਤੁਹਾਡੀ ਬੈਟਰੀ ਸੀਗੀ ਸਾਰੀ 9%, ਸ਼ੀਨਾ ਦੀ ਸੀਗੀ 18%, ਤੇ ਸ਼ੀਨਾ ਨੇ ਚਾਰਜਿੰਗ ਤੇ ਲਾ ਲਿਆ ਫੋਨ, ਤੁਹਾਡਾ ਸਿਰਫ 9 ਤੋਂ ਸਿੱਧਾ ਪਹੁੰਚ ਗਿਆ ਜੀ। ਫਿਰ 2 ਤੇ ਨਾ ਜੀ, 0 ਨਹੀਂ, 2 ਤੇ। ਓਕੇ, ਚਾਰਜਰ ਦੇ ਮੇਰਾ ਕਿੱਥੇ ਆ? ਨਹੀਂ ਉਹ ਨਾ ਐਕਚੁਅਲੀ ਸਰਵੈਂਟ ਰੱਖੇ ਹੋਏ ਅਸੀਂ। ਚਾਰਜਰ ਮੈਨੇ ਨਹੀਂ ਗੱਲ ਕਰਨ ਦੀਆਂ,
ਕੀ ਸੋਚਣਗੇ ਤੇਰੇ ਜੀਜੂ? ਜੀਜੂ ਜੀਜੂ ਕਦੋਂ ਬਣਾਇਆ ਤੁਨੇ? ਹਾਂਜੀ ਮੇਰੇ ਨਾਲ ਗੱਲ ਕਰ, ਮੈਂ ਤੇਰੇ ਨਾਲ ਗੱਲ ਕਰ ਰਹੀ ਹਾਂ। ਕੜੀ ਚਾਵਲ ਖਾਣੇ ਬਣਾ ਲਿਆ, ਸਰਵੈਂਟ ਰੱਖੇ ਹੋਏ ਨਾ? ਹੋਰ ਠੀਕ, ਚਲੋ ਤੁਹਾਨੂੰ ਬਾਅਦ ਕਰਦੀ ਹਾਂ। ਕਰਾਤੀ ਨਾ ਬੀਸੀ। ਚਲੋ ਥੈਂਕ ਯੂ ਜੀ, ਥੈਂਕ ਯੂ ਬਹੁਤ ਬਹੁਤ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਤੁਹਾਡਾ? ਰੁਪਿੰਦਰ। ਸੰਦਾਂ ਦੀ ਵਿੱਥ ਬਹੁਤ ਹੈ, ਕਰਮਾਂ ਵਾਲੇ ਹੁੰਦੇ ਆ। ਪੈਸਾ ਪੂਸਾ ਚੰਗਾ ਤੁਹਾਡੇ ਕੋਲ? ਹਾਂ ਹੈ ਹੈਗਾ। ਪਰਿਵਾਰ 'ਚ ਕੌਣ ਕੌਣ ਹੈ? ਜੁਆਇੰਟ ਫੈਮਿਲੀ ਹੈ। ਬੱਲੇ ਬੱਲੇ ਬੱਲੇ, ਕੌਣ ਕੌਣ ਹੈ? ਦਾਦਾ ਦਾਦੀ। ਜੀ ਜੀ ਨਹੀਂ ਲਾਉਣਾ ਜੀ, ਕਮਾਲ ਹੋ ਟੀਵੀ ਦੇ। ਸੈੱਟ ਕਿੱਥੇ ਗਈ ਦੁਬਾਰਾ? ਦਾਦਾ ਜੀ ਦਾਦੀ ਜੀ ਡੈਡੀ ਜੀ ਮੰਮੀ ਜੀ ਵੀਰ ਜੀ ਹੋਰ ਵੀਰ ਜੀ ਦੂਸਰੇ ਵੀਰ ਜੀ ਤੀਸਰੇ ਸਿਸਟਰ ਤੇ ਹੋਰ ਵੀਰ ਜੀ। ਅੱਛਾ ਹੋਰ ਇੱਕ ਹੋਰ ਵੀਰ ਜੀ, ਇਹ ਗਾਂ ਫੈਕਟਰੀ ਹੈ ਵੀਰ ਜੀ। ਦੋ ਸਿਸਟਰ ਹੈ, ਮੇਰੀ ਸਿਸਟਰ ਇੱਥੇ ਹੈ। ਅੱਛਾ ਦੀਦੀ ਕਿੱਥੇ ਹੈ? ਇਹਦਾ ਹੁਣ ਹੱਥ ਮੁੱਕ ਗਿਆ, ਹੁਣ ਤੁਹਾਡਾ ਪਰਿਵਾਰ ਨਹੀਂ ਮੁੱਕਿਆ, ਉਂਗਲਾਂ ਮੁੱਕ ਗਈਆਂ ਗਰੀਬ ਦੀਆਂ। ਚਲੋ ਠੀਕ ਹੈ, ਗਾਣਾ ਆਉਂਦਾ ਜੀ? ਅਸੀਂ ਨਾ ਸਾਡੀ ਕਲਾਸ ਨੇ ਟੱਪੇ ਗਾਣੇ ਸੀ। ਅੱਛਾ ਕਿਤੇ ਵਿਆਹ ਤੇ ਕਿ ਅੱਜ ਇੱਥੇ? ਇੱਥੇ ਗਾਣੇ ਆ। ਅੱਛਾ ਇੱਥੇ ਗਾਓ, ਆਓ ਸੁਣਾ ਬੁਲਾਓ। ਹਾਂ ਪਿੰਡ ਇਕੱਠਾ ਕਰ ਲਿਆ ਤਾਂ ਇਹਦਾ ਸੁਣਾਓ ਜੀ ਫਿਰ। ਕੋਟ ਕਿੱਲੀ ਤੇ ਨਾ ਟੰਗਿਆ ਕਰੋ, ਕੋਟ ਕਿੱਲੀ ਤੇ ਨਾ ਟੰਗਿਆ ਕਰੋ, ਜੇ ਸਾਡੇ ਨਾਲ ਨਹੀਂ ਉਹ ਬੋਲਣਾ, ਸਾਡੀ ਗਲੀ ਵੀ ਨਾ ਲੰਘਿਆ ਕਰੋ। ਬਹੁਤ ਵਧੀਆ ਬਹੁਤ ਵਧੀਆ, ਥੈਂਕ ਯੂ ਸੋ ਮਚ। ਇਹਨਾਂ ਨਾਲ ਕਰਾਓ ਜੀ ਗੱਲ। ਪਿੰਡ ਕਿਹੜਾ ਜੀ ਤੁਹਾਡਾ? 500 ਦੇ ਕੋਲ ਚਾਰ ਸਵਾਲ। ਓਕੇ ਪਰਿਵਾਰ 'ਚ ਕੌਣ ਕੌਣ ਤੁਹਾਡੇ? ਜੁਆਇੰਟ ਫੈਮਿਲੀ ਆਉਂਦੀ ਸਾਡੀ ਵੀ। ਓਕੇ ਜੀ, ਨਾਲੇ ਕਹਿੰਦੇ ਜੁਆਇੰਟ ਫੈਮਿਲੀ 'ਚ ਲੜਾਈਆਂ ਲੜੂਈਆਂ ਵੱਧ ਹੁੰਦੀਆਂ? ਨਹੀਂ ਨਹੀਂ, ਉਹ ਤਾਂ ਹਰ ਘਰ 'ਚ ਹੀ ਹੁੰਦੀਆਂ ਨੇ। ਅੱਛਾ ਜੀ ਹਾਂਜੀ, ਇਹਨਾਂ ਦੇ ਘਰ ਹੁੰਦੀ ਤੁਹਾਡੇ ਵੀ? ਇਹ ਜੋ ਹੈ ਰਿਸ਼ਤੇਦਾਰੀ। ਤੁਹਾਡੀ ਕੀ ਰਿਸ਼ਤੇਦਾਰੀ ਪੈਂਦੀ ਇਹਨਾਂ ਨਾਲ? ਇਹ ਕੋਈ ਨਾਪ ਤੋਲ ਤਾਂ ਹੈ ਨਹੀਂ ਕੋਈ? ਮੇਰੀ ਡੈਡੀ ਦੀ ਭੂਆ ਦੀ ਪੋਤੀ ਹੈ। ਇਹ ਗੱਲ ਅੱਗੇ ਆ ਵਰ, ਇਹ ਇਹਦੀ ਤੇਰੀ ਸਗੀ ਭੈਣ, ਇਹ ਤੇਰੀ ਡੈਡੀ ਦੀ ਭੂਆ ਦੀ ਪੋਤੀ, ਇਹ ਵੀ ਤੇਰੇ ਡੈਡੀ ਦੀ ਭੂਆ ਦੀ ਪੋਤੀ, ਚਾਰ ਤਾਂ ਹੋ ਗਈਆਂ। ਉਹ ਤੇਰੀ ਡੈਡੀ ਦੀ ਭੂਆ ਹੈ, ਹੋਰ ਕੌਣ ਹੈ? ਹੋਰ ਰਿਸ਼ਤੇਦਾਰੀ ਕਿਹੜੀ ਹੈ? ਮਾਮਾ ਜੀ ਦੀ ਕੁੜੀ। ਸਭੋ ਮਾਮਾ ਮਾਮੇ ਦੀ ਕੁੜੀ ਆ ਵੀ, ਹੋਰ ਕਿਹੜੀ ਰਹਿ ਗਈ? ਭੂਆ ਜੀ ਦੀ। ਭੂਆ ਜੀ ਦੀ ਬੇਟੀ ਸੱਦੀ ਜਾਏ। ਅੱਛਾ ਇਹ ਭੂਆ ਜੀ ਦੀ ਬੇਟੀ ਹੈ ਯਾਰ, ਤੁਹਾਡੇ ਟੱਬਰ ਆਹੀ ਕਰਦਾ ਰਿਹਾ। ਸੱਦੋ ਹੋਰ ਕਿਹੜੀ ਹੈ? ਚਲੋ ਬਹੁਤ ਵਧੀਆ, ਇਹਨਾਂ ਦੇ ਟੱਬਰ ਲਈ ਤਾੜੀਆਂ ਮਾਰਦੇ ਭਾਈ। ਗੋਬਲੂ ਤੁਸੀਂ ਛੋਟੇ ਹੋ ਨਾ ਜੀ, ਅਜੇ ਤੁਸੀਂ ਪੜ੍ਹਦੇ ਨਹੀਂ ਇੱਥੇ, ਤੁਸੀਂ ਕਿਹੜੀ ਕਲਾਸ 'ਚ ਵੈਸੇ? 9th। 9th 'ਚੋਂ ਤੁਸੀਂ ਕਿਉਂ ਆਏ ਅੱਜ? ਤੁਹਾਡੇ ਕਰਕੇ। ਅੱਛਾ ਕਿਹਦੇ ਨਾਲ? ਕਿਹਨੇ ਦੱਸਿਆ ਸੀਗਾ? ਦੀਦੀ। ਅੱਛਾ ਦੀਦੀ ਨੇ ਦੱਸਿਆ ਸੀਗਾ, ਵੀ ਉਹਨੇ ਆਉਣਾ ਜਿਹੜਾ ਬੋਲਦਾ ਬਹੁਤ। ਹਾਂਜੀ ਸ਼ੋਅ ਚੰਗਾ ਲੱਗਦਾ ਹੁੰਦਾ? ਹਾਂਜੀ। ਤੁਸੀਂ ਵੀ ਦੇਖਦੇ ਹੁੰਦੇ ਹੋ? ਅੱਛਾ ਦੀਦੀ ਵੀ ਆਏ ਨਾਲ, ਦੀਦੀ ਨੂੰ ਵੀ ਬੁਲਾਓ। ਤੁਹਾਡਾ ਕੀ ਨਾਮ ਹੈ ਜੀ? ਲਵਪ੍ਰੀਤ ਕੌਰ। ਲਵਪ੍ਰੀਤ ਕੌਰ, ਤੇ ਸਭ ਤੋਂ ਪਿਆਰੀ ਹੋ ਗਈ ਨਾ ਘਰ ਦੇ ਵਿੱਚ, ਸਾਰੇ ਪਿਆਰ ਕਰਦੇ ਇਹਨਾਂ ਨੂੰ? ਛਿੱਤਰ ਵੀ ਪੂਰੇ ਪੈਂਦੇ ਨੇ। ਅੱਛਾ ਜੀ, ਛਿੜਕਾਂ ਵੀ ਪਿੜ ਕੇ ਛਿੜਕਾਂ ਪੈਂਦੀਆਂ ਪੂਰੇ ਪੂਰੇ? ਵੈਸੇ ਜਿੰਨੀ ਇਹ ਸਮਾਈਲ ਹੈ ਨਾ, ਕਿਊਟਨੈਸ ਹੈ ਇਹਨਾਂ 'ਚ, ਇਹ ਲੱਗਦਾ ਨਹੀਂ ਵੀ ਸ਼ਰਾਰਤਾਂ ਕਰਦੇ ਹੋਣਗੇ, ਕਰਦੇ ਆ ਬਹੁਤ ਜ਼ਿਆਦਾ। ਰਾਤ ਨੂੰ ਤਾਂ ਮੈਨੂੰ ਛੇੜ ਕੇ ਹੀ ਸੋਈ ਜੀ। ਅੱਛਾ ਓਹੋ, ਐਵੇਂ ਨਹੀਂ ਸੌਂਦੀ? ਅੱਛਾ ਐਵੇਂ ਨਹੀਂ, ਮਤਲਬ ਕਿ ਪੱਕਾ ਸ਼ੈਡਿਊਲ ਬਣਿਆ ਹੋਇਆ ਨਾ ਕਿ 10:30 ਵਜੇ ਚੁੱਲ੍ਹੀ ਮਾਰਨੀ ਹੋਈ ਆਪਾਂ? ਨਹੀਂ, ਮੰਮੀ ਨੂੰ ਬੁਲਾਏਗੀ। ਅੱਛਾ ਜੀ, ਅੱਛਾ ਜੀ, ਇਹ ਸਹੀ ਗੱਲ ਹੈ ਜੀ? ਫਿਰ ਮੈਂ ਨਾਮ ਮੇਰੇ ਤੇ ਆਂਦਾ ਕਿ ਇਹਨੇ ਛੇੜਿਆ? ਸਹੀ ਗੱਲ ਹੈ ਜੀ। ਚਲੋ ਬਹੁਤ ਵਧੀਆ ਜੀ, ਸ਼ਰਾਰਤਾਂ ਵੀ ਕਰਨੀ ਹੁੰਦੀ ਛੋਟਿਆਂ ਨੇ, ਤੇ ਗੀਤ ਸੁਣਾਓ ਜੀ ਫਿਰ ਦੋਨੋਂ ਜਣੇ। ਕਿਤੇ ਤੇ ਲਾਨੀਆਂ ਟਾਲੀਆਂ ਪਤਾ ਵਾਲੀਆਂ ਮੇਰਾ ਪਤਲਾ ਮਾਹੀ, ਕਿਤੇ ਤੇ ਲਾਨੀਆਂ ਸ਼ਤੂਤ ਬੇਸਮਝਾਂ ਨੂੰ ਸਮਝ ਨਾ ਆਈ, ਕਿਤੇ ਤੇ ਲਾਨੀਆਂ ਟਾਲੀਆਂ ਪਤਾ ਵਾਲੀਆਂ ਮੇਰਾ ਪਤਲਾ ਮਾਹੀ, ਕਿਤੇ ਤੇ ਲਾਨੀਆਂ ਸ਼ਤੂਤ ਕਿਹੜੀ ਕਲਾਸ 'ਚ ਤੁਸੀਂ ਵੀ ਛੋਟੇ ਲਾਉਂਦੇ ਹੋ? ਤੁਸੀਂ ਕਿਹੜੀ ਕਲਾਸ 'ਚ ਹੋ? 7th। ਤੁਸੀਂ ਵੀ ਦੀਦੀ ਨਾਲ ਆਏ ਹੋ? ਹਾਂਜੀ। ਓਕੇ ਫਿਰ ਵੱਡੇ ਹੋ ਕੇ ਕੀ ਬਣਨਾ? ਟੀਚਰ। ਟੀਚਰ ਬਣਨਾ? ਆਪ ਤਾਂ ਸਕੂਲ ਗਏ ਨਹੀਂ ਫਿਰ ਅੱਜ?
ਕੀ ਸੁਣਾਓਗੇ ਫਿਰ? ਗੀਤ ਗੀਤ ਸੁਣਾਓ, ਗੀਤ ਸੁਣਾਓ। ਸਾਡਾ ਕਿਹੜਾ ਬਾਪੂ ਕਰਦਾ ਬਲੈਕ ਨੀ, ਜਿਹੜਾ ਤੇਰੇ ਸ਼ਹਿਰ ਲੈ ਲਵਾਂ ਫਲੈਟ ਨੀ, ਉਹ ਮੈਨੂੰ ਪਿੰਡ ਦੇਣ ਪਿੰਡ ਮੁੜ ਲੈਣ ਦੇਣੀ ਕੰਮੇ ਉੱਤੇ ਪੈਣੇ ਬੜੇ ਯਾਰੀ ਚੰਡੀਗੜ੍ਹ ਵਾਲੀਏ ਨੀ ਤੇਰੀ ਕਰਾਗੀ ਅਤੇ ਯਾਰ ਦੇ ਖੜੇ ਯਾਰੀ ਚੰਡੀਗੜ੍ਹ ਵਾਲੀਏ ਨੀ ਤੇਰੀ ਕਰਾਗੀ ਅਤੇ ਯਾਰ ਦੇ ਖੜੇ ਪਹਿਲੀ ਹੈ ਕਿਹੜੀ, ਤੂੰ ਆ ਜਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਤੁਹਾਡਾ? ਮਨਪ੍ਰੀਤ ਕੌਰ ਜੀ। ਮਨਪ੍ਰੀਤ ਕੌਰ, ਕਿੱਥੋਂ ਬਿਲੋਂਗ ਕਰਦੇ ਹੋ ਜੀ? ਮੈਂ ਜੀ ਬਰਨਾਲਾ ਤੋਂ। ਬਰਨਾਲਾ ਤੋਂ ਕਰਦੇ ਹੋ ਜੀ? ਫਿਰ ਸ਼ੌਂਕ ਜੀ ਫਿਰ? ਸਿੰਗਿੰਗ ਜੀ। ਸਿੰਗਿੰਗ, ਚਲੋ ਸੁਣਾਓ ਜੀ ਫਿਰ। ਬੀਬੀਆਂ ਪੰਜਾਬਣਾ ਸੁਣਾਉਣ ਲੱਗੀਆਂ ਮਾਪੇ ਆਪ ਦਿਆਂ ਨੂੰ ਨਾਲ ਸ਼ੌਂਕ ਜੀ ਪੜ੍ਹਾਈ ਦੇ ਨਾਲ? ਸਿੰਗਿੰਗ, ਡਾਂਸਿੰਗ ਕਰਦੀ ਵੀ ਆ, ਕਰਾਨੀ ਵੀ ਆ। ਓਕੇ ਜੀ, ਸੁਣਾਓ ਜੀ ਫਿਰ ਕੁਝ ਵੀ ਸੁਣਾਓ। ਫੋਕ ਸੌਂਗ ਸੁਣਾਵਾਂ? ਹਾਂਜੀ, ਫੋਕ ਸੌਂਗ ਸੁਣਾਓ ਜੀ। ਵੈਸੇ ਮੇਰੀ ਮੈਰਿਜ ਹੋਣ ਵਾਲੀ ਆ। ਬਹੁਤ ਸਾਰੀਆਂ ਮੁਬਾਰਕਾਂ ਜੀ ਪਹਿਲਾਂ ਹੀ। ਹਾਂਜੀ, ਤਾਂ ਹੀ ਮੈਂ ਕਹਾਂ ਵੀ ਬਿਨਾਂ ਗੱਲ ਕੀਤੀ ਹੱਸੀ ਅੱਧੀ ਖੁਸ਼ੀ ਹੁੰਦੀ ਵਿਆਹ ਦੀ। ਪੂਰਾ ਚਾਹ ਜੀ ਵਿਆਹ ਤੇ ਹੀ ਸੁਣਾ ਦਿੰਦੀ ਹਾਂ ਥੋੜ੍ਹਾ। ਕਦੋਂ ਜੀ ਵਿਆਹ? ਫੈਬਰੀ 'ਚ। ਫੈਬਰੀ 'ਚ ਹਾਂਜੀ। ਕਿੰਨੀ ਤਰੀਕ ਨੂੰ? ਤਰੀਕ ਨਹੀਂ ਹਲੇ ਫਿਕਸ। ਤਰੀਕ 17 ਕਰ ਲਿਓ ਜੀ। ਠੀਕ ਹੈ, ਉਸ ਦਿਨ ਮੇਰਾ ਜਨਮਦਿਨ ਹੈ, ਤੁਹਾਡਾ ਵਿਆਹ ਹੋ ਜਾਵੇਗਾ। ਠੀਕ ਆ ਜਿਓ। ਠੀਕ ਹੈ ਨਾ ਜੀ? ਹਾਂਜੀ ਹਾਂਜੀ ਹਾਂਜੀ। ਵੇ ਤੇਰੀ ਮਾਂ ਨੇ ਵੰਡਣੇ ਭਾਂਡੇ ਵੇ ਨਾ ਜਾਈ ਬਸ਼ਰਮਾ ਵੰਡੇ। ਇਹ ਉਹਨਾਂ ਨੂੰ ਹੈ ਜਾਣਾ ਜੀ। ਮਾਂ ਨੇ ਵੰਡਣੇ ਭਾਂਡੇ ਵੇ ਨਾ ਜਾਈ ਬਸ਼ਰਮਾ ਵੰਡੇ ਵੇ ਇੱਕ ਥਾਲੀ ਆਉਗੀ। ਆਹ ਹਾ ਵੇ ਸਰਦਾਰਾ, ਇੱਕ ਥਾਲੀ ਨਾਲ ਹੋਣਾ ਨਹੀਂ ਗੁਜ਼ਾਰਾ। ਸਰਦਾਰਾ, ਇੱਕ ਥਾਲੀ ਨਾਲ ਹੋਣਾ ਨਹੀਂ ਗੁਜ਼ਾਰਾ। ਫਿਰ ਉਹ ਕਹਿਣਗੇ ਨੀ ਸਾਨੂੰ ਇੱਕੋ ਹੀ ਥਾਲ ਬਥੇਰਾ, ਫੁਲਕਾ ਲੈ ਜਾਊ ਤੇਰਾ ਮੇਰਾ। ਨੀ ਸਾਨੂੰ ਇੱਕੋ ਹੀ ਥਾਲ ਬਥੇਰਾ, ਫੁਲਕਾ ਲੈ ਜਾਊ ਤੇਰਾ ਮੇਰਾ, ਨੀ ਕਾਕੇ ਦੀ ਪਰੌਂਠੀਆ। ਅੱਛਾ, ਨੀ ਸੁਣਨਾ ਜੀ। ਹੁਣ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ ਜੀ ਇਸ ਕਾਲਜ ਦੀਆਂ ਕੁੜੀਆਂ ਦਾ ਸ਼ਾਨਦਾਰ ਗਿੱਧਾ। ਅੱਜ ਸੰਗੀਤਾ ਜੀ ਪੂਰਾ ਇੰਜੋਏ, ਅਗਲੇ ਹਫਤੇ ਇੱਕ ਹੋਰ ਕਾਲਜ ਦੇ ਵਿੱਚ ਮਿਲਾਂਗੇ। ਕੰਟੀਨੀ ਮੰਡੀਰ ਨੂੰ ਪਿਆਰ ਕਰਦੇ ਰਹੋ। ਰਵਨੀਤ ਵੱਲੋਂ ਬਾਏ ਬਾਏ ਜੀ। ਥੈਂਕਸ ਫੋਰ ਵਾਚਿੰਗ ਕੰਟੀਨੀ ਮੰਡੀਰ ਔਰ MH1 ਕੰਟੀਨੀ ਮੰਡੀਰ ਦੇ ਇਸ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਤਾਂ ਕਿ ਅਗਲੇ ਸ਼ੋਅਜ਼ ਦੀ ਜਿਹੜੀ ਨੋਟੀਫਿਕੇਸ਼ਨ ਹੈਗੀ ਹੈ ਉਹ ਤੁਹਾਨੂੰ ਮਿਲਦੀ ਰਹੇ। ਥੈਂਕ ਯੂ ਸੋ ਮੱਚ।